ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ ਆਪੇ ਤਰਸ ਪੇ ਹੋਈ ਤਰਸ ਪਿਆ ਮੈਂ ਰਹਿਮਤ ਹੋਈ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਮੇਰਾ ਵਾਲਿਆ
ਬਾਂਦੀ ਲਾਜ ਰੱਖ ਲੈ ਮਨ ਤੋੜੀ ਨਾ ਇਨਾ ਨਿਮਾਣਿਆਂ ਦਾ ਤੇਰੀ ਮਿਹਰ ਦੀ ਨਿਗਾਹ ਜੇ ਕਰ ਹੋ ਜਾਵੇ ਖੇਤ ਉੱਗ ਪੈਂਦਾ ਪੁੱਜੇ ਹੋਏ ਦਾਣਿਆਂ ਦਾ ਤੇਰੀ ਬਖਸ਼ਿਸ਼ ਨੂੰ ਸਾਈਆ ਕੌਣ ਮੋੜੇ ਤੇਰੀ ਬਖਸ਼ਿਸ਼ ਨੂੰ ਸਾਈਆ ਕੌਣ ਮੋੜੇ ਇਹ ਗੱਲ ਕਹਿਣਾ ਸੱਚ ਸਿਆਣਿਆਂ ਦਾ ਮੇਰੇ ਜਿਹੇ ਗਰੀਬ ਨੂੰ ਗਲ ਲਾ ਲੈ ਮੇਰੇ ਜਿਹੇ ਗਰੀਬ ਨੂੰ ਗਲ ਲਾ ਲੈ ਜਿਹਨੂੰ ਪਤਾ ਨਹੀਂ ਤੇਰਿਆਂ ਭਾਣਿਆਂ ਮੈਨੂੰ ਗਰੀਬ ਨਿਮਾਣੇ ਓਟ ਗੁਰ ਤੇਰੀ ਓਟ ਗੁਰ ਤੇਰੀ ਗਰੀਬ ਨਿਮਾਣੇ ਓਟ ਗੁਰ ਤੇਰੀ ਓਟ ਗੁਰ ਤੇਰੀ ਮੈਨੂੰ ਗਰੀਬ ਨਿਮਾਣੇ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੀ ਗਰੀਬ ਨਿਮਾਣੇ ਓਟ ਗੁਰ ਤੇਰੀ ਓਟ ਗੁਰ ਗਰੀਬਨ ਮਾਣੇ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੀ ਗਰੀਬਨ ਮਾਣੇ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੀ ਮੈਨੂੰ ਗਰੀਬਨ ਮਾਣੇ ਓਟ ਗੁਰ ਤੇਰੀ ਓਟ ਗੁਰ ਤੇਰੀ ਮੈਨੂੰ ਗਰੀਬਨ ਮਾਣੇ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੀ ਮੈਨੂੰ ਗਰੀਬ ਨਿਮਾਣੇ ਓਟ ਗੁਰ ਤੇਰੀ ਓਟ ਗੁਰ ਤੇਰੀ ਗਰੀਬ ਨਿਮਾਣੇ ਓਟ ਗੁਰ ਤੇਰੀ ਓਟ ਗੁਰ ਤੇਰੀ ਮੈਨੂੰ ਗਰੀਬ ਨਿਮਾਣੇ ਓਟ ਗੁਰ ਤੇਰੀ ਓਟ ਗੁਰ ਤੇਰੀ ਓਟ ਗੁਰ ਤੇਰੀ ਓਟ ਗੁਰ ਤੇਰੀ ਮੈਂ ਤਾਣ ਦਿਵਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਦੇ ਆ ਗਏ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾ ਮੇਰੇ ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਵੇ ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ ਹੋ ਮੇਰੇ ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ ਹੋ ਮੇਰੇ ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ ਸਤਿਗੁਰ ਬਾਜੋ ਜੀ ਮੇਰੇ ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ ਸਤਿਗੁਰ ਬਾਜੋ
ਤੇਰੀ ਕੋਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਬਾਜੋ ਜੀ ਤੇਰੀ ਕੋਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਬਾਜੋ ਜੀ ਹੋਰ ਕੋਣ ਦਿਲਾਂ ਦੀਆਂ ਜਾਣੇ ਮੇਰੇ ਸਤਿਗੁਰ ਬਾਜੋ ਜੀ ਹੋਰ ਕੋਣ ਦਿਲਾਂ ਦੀਆਂ ਜਾਣੇ ਵਾਹਿਗੁਰੂ ਧੰਨ ਵਾਹਿਗੁਰੂ 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 ਮੇਰਾ ਰੱਖ ਲਈ ਮਾਣ ਨਿਮਾਣੇ ਦਾ ਰੱਖ ਲਈ ਮਾਣ ਨਿਮਾਣੇ ਦਾ ਮੇਰਾ ਰੱਖ ਲਈ ਮਾਣ ਨਿਮਾਣੇ ਦਾ ਰੱਖ ਲਈ ਮਾਣ ਨਿਮਾਣੇ ਦਾ ਮੇਰਾ ਰੱਖ ਲਈ ਮਾਣ ਨਿਮਾਣੇ ਦਾ ਤੂੰ ਤੇ ਧੁਰ ਤੋਂ ਰੱਖਦਾ ਆਏ ਧੁਰ ਤੋਂ ਰੱਖਦਾ ਆਏ ਮੇਰਾ ਰੱਖ ਲਈ ਮਾਣ ਨਿਮਾਣੇ ਮੇਰਾ ਰੱਖ ਲਈ ਮਾਣ ਨਿਮਾਣੇ ਦਾ ਤੂੰ ਤੇ ਧੁਰ ਤੋਂ ਰੱਖਦੇ ਆਇਆ ਰੱਖ ਲਈ ਮਾਣ ਨਿਮਾਣੇ ਦਾ ਰੱਖ ਲਈ ਮਾਣ ਨਿਮਾਣੇ ਦਾ ਤੂੰ ਤਾਂ ਧੁਰ ਤੋਂ ਰੱਖਦਾ ਰੱਖ ਲੋ ਮਾਣ ਨਿਮਾਣੇ ਦਾ ਰੱਖ ਲਈ ਮਾਣ ਨਿਮਾਣੇ ਦਾ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਰ ਸੰਗਤ ਜੀ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਾਰੇ ਗੱਜ ਵੱਜ ਕੇ ਫਤਿਹ ਦੁਹਰਾਓ ਕੋਈ ਰਸਨਾ ਵਾਂਝੀ ਨਾ ਰਹੇ ਬੁਲੰਦ ਆਵਾਜ਼ ਵਿੱਚ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਮਨ ਬਿਰਤੀਆਂ ਇਕਾਗਰ ਕਰਕੇ ਮਨ ਹਾਜ਼ਰ ਕਰਕੇ ਸਾਰੀ ਸੰਗਤ ਨੇ ਜੁੜਨ ਦਾ ਯਤਨ ਕੀਤਾ ਹੈ ਬਹੁਤ ਬਖਸ਼ਿਸ਼ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਰੱਬ ਰੰਗੀਆਂ ਰੂਹਾਂ ਸਤਿਗੁਰੂ ਜੀ ਦੇ ਪਿਆਰ ਵਿੱਚ ਵਿਰਾਗ ਵਿੱਚ ਦਾਸ ਤੋਂ ਪਹਿਲਾਂ ਆਪ ਜੀ ਨੇ ਸਤਿਕਾਰਯੋਗ ਬਾਬਾ ਸਰਬਜੀਤ ਸਿੰਘ ਜੀ ਦਿੱਲੀ ਵਾਲੇ ਉਹਨਾਂ ਪਾਸੋਂ ਕੀਰਤਨ ਦਾ ਆਨੰਦ ਮਾਣਿਆ ਆਓ ਸਤਸੰਗਤ ਜੀ ਸਮਾਂ ਸਮਾਪਤੀ ਦਾ ਹੈ ਬੇਨਤੀ ਹੈ ਸਾਰੀ ਸੰਗਤ ਦੇ ਚਰਨਾਂ ਵਿੱਚ ਜਿੱਥੇ ਜਿੱਥੇ ਵੀ ਕੋਈ ਜਲ ਪਾਣੀ ਛੱਕ ਕੇ ਬੈਠਾ ਹੈ ਵਾਹਿਗੁਰੂ ਦੇ ਚਰਨਾਂ 'ਚ ਗੁਰੂ ਸਾਹਿਬ ਦੇ ਚਰਨਾਂ 'ਚ ਜੁੜਨ ਦਾ ਯਤਨ ਕਰੋ ਬਹੁਤ ਬਖਸ਼ਿਸ਼ ਹੈ ਸਤਿਗੁਰਾਂ ਦੀ ਦਸ ਪੰਦਰਾਂ ਮਿੰਟਾਂ ਜੀ ਆਪਾਂ ਸਮਾਪਤੀ ਕਰਨੀ ਹੈ ਸਾਰੀਆਂ ਸੰਗਤਾਂ ਦੇ ਸਾਰੇ ਗੁਰਮੁਖਾਂ ਦੇ ਬਹੁਤ ਰੁਝੇਵੇਂ ਹੁੰਦੇ ਨੇ ਸੰਗਤ ਸਾਹਿਬ ਨੂੰ ਬਹੁਤ ਪ੍ਰੇਮ ਕਰਦੇ ਨੇ ਸਾਡੇ ਸਤਿਕਾਰਯੋਗ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਜਿੱਥੇ ਪ੍ਰੇਮ ਹੋਵੇ ਜਿੱਥੇ ਪਿਆਰ ਹੋਵੇ ਉੱਥੇ ਪੈਂਡਾ ਦੂਰ ਨਹੀਂ ਲੱਗਦਾ ਅੱਕਣਾ ਅਤੇ ਥੱਕਣਾ ਉੱਥੇ ਪਿੱਛੇ ਰਹਿ ਜਾਂਦਾ ਹੁੰਦਾ ਬੜੇ ਪਿਆਰ ਨਾਲ ਸਵੇਰ ਤੋਂ ਹੀ ਕਿੱਥੇ ਕੋਟ ਸ਼ਮੀਰ ਦਾਦੂ ਸਾਹਿਬ ਪੈਂਦਾ ਤਿੰਨ ਸਾਢੇ ਤਿੰਨ ਚਾਰ ਘੰਟਿਆਂ ਦਾ ਸਫ਼ਰ ਕਰਕੇ ਮਹਾਂਪੁਰਸ਼ਾਂ ਨੇ ਖੁੱਲ੍ਹਾ ਸਮਾਂ ਦਿੱਤਾ ਹੈ ਸਤਿਕਾਰਯੋਗ ਬਾਬਾ ਰਣਜੀਤ ਸਿੰਘ ਜੀ ਬਹੁਤ ਮਾਇਆ ਨਾਜ ਹਸਤੀਆਂ ਜਿਹਨਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਆਓ ਆਪਾਂ ਥੋੜ੍ਹੇ ਸਮੇਂ ਤੋਂ ਬਹੁਤਾ ਲਾਹਾ ਲਈਏ ਭਾਵਨਾ ਬਣਾ ਕੇ ਜਿਹੜਾ ਸਤਿਗੁਰੂ ਜੀ ਦੇ ਚਰਨਾਂ 'ਚ ਬਹਿੰਦਾ ਹੈ ਭਾਵਨਾ ਬਣਾ ਕੇ ਜਿਹੜਾ ਮਹਾਰਾਜ ਦੇ ਚਰਨਾਂ 'ਚ ਦਾਸ ਤੋਂ ਪਹਿਲਾਂ ਬਚਨ ਚੱਲਦਾ ਸੀ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗਰੀਬਾਂ ਨੂੰ ਨਵਾਜਣ ਵਾਲੇ ਜਦੋਂ ਆਪਣਾ
ਗੁਰੂ ਮੰਨ ਕੇ ਸਤਿਗੁਰੂ ਜੀ ਤੇ ਭਰੋਸਾ ਰੱਖ ਕੇ, ਕੋਈ ਸਿੱਖ ਭਰੋਸਾ ਰੱਖ ਕੇ, ਭਾਵਨਾ ਰੱਖ ਕੇ ਆਪਣੀ ਜ਼ਿੰਦਗੀ 'ਚ ਅੱਗੇ ਚੱਲਦਾ ਹੈ ਨਾ, ਹਰ ਮੋੜ ਤੇ ਹਰ ਪੈਰ ਤੇ ਸਤਿਗੁਰੂ ਆਪਣੇ ਸਿੱਖ ਦਾ ਸਾਥ ਦਿੰਦੇ ਨੇ। ਸਤਸੰਗ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਨੀਤ ਸਾਫ਼ ਹੋਵੇ ਤੇ ਭਾਵਨਾ ਬਣਾ ਕੇ ਜਿਹੜਾ ਬੇਨਤੀ ਕਰਦਾ ਹੈ ਨਾ, ਹਮੇਸ਼ਾ ਪੜ੍ਹੀਦਾ ਹੈ ਉਹ, ਵੇਖੋ ਕੋਈ ਮੰਗ ਕੇ ਜੀ, ਸਤਿਗੁਰ ਤਾਂ ਝੋਲੀਆਂ ਭਰਦੇ। ਵੇਖੋ ਕੋਈ ਮੰਗ ਕੇ ਜੀ, ਸਤਿਗੁਰ ਤਾਂ ਝੋਲੀਆਂ ਭਰਦੇ। ਵੇਖੋ ਕੋਈ ਮੰਗ ਕੇ ਜੀ, ਸਤਿਗੁਰ ਤਾਂ ਝੋਲੀਆਂ ਭਰਦੇ। ਉਹ ਵੇਖੋ ਕੋਈ ਮੰਗ ਕੇ ਜੀ, ਸਤਿਗੁਰ ਤਾਂ ਝੋਲੀਆਂ ਭਰਦੇ। ਵੇਖੋ ਕੋਈ ਮੰਗ ਕੇ ਜੀ, ਸਤਿਗੁਰ ਤਾਂ ਝੋਲੀਆਂ ਭਰਦੇ। ਕੋਈ ਮੰਗ ਕੇ ਜੀ, ਸਤਿਗੁਰ ਤਾਂ ਝੋਲੀਆਂ ਭਰਦੇ। ਵੇਖੋ ਕੋਈ ਮੰਗ ਕੇ ਜੀ, ਸਤਿਗੁਰ ਤਾਂ ਝੋਲੀਆਂ ਭਰਦੇ। ਵੇਖੋ ਕੋਈ ਮੰਗ ਕੇ ਜੀ, ਸਤਿਗੁਰ ਤਾਂ ਝੋਲੀਆਂ ਭਰਦੇ। ਵੇਖੋ ਕੋਈ ਮੰਗ ਕੇ ਜੀ, ਸਤਿਗੁਰ ਤਾਂ ਝੋਲੀਆਂ ਭਰਦੇ। ਭਾਵਨਾ ਬਣਾ ਕੇ ਜਿਹੜਾ ਮਹਾਰਾਜ ਦੇ ਚਰਨਾਂ 'ਚੋਂ ਜੋ ਮੰਗਦਾ ਹੈ, ਸਤਸੰਗ ਜੀ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਘਰ ਹੈ, ਇਹ ਗੁਰੂ ਦਾ ਦਰਬਾਰ ਹੈ। ਸਤਸੰਗਤ ਇੱਥੇ ਦੁਨਿਆਵੀ ਦਾਤ ਵੀ ਮਿਲਦੀ ਹੈ ਤੇ ਇੱਥੇ ਰੂਹਾਨੀਅਤ ਦਾ ਸੁੱਖ ਵੀ ਮਿਲਦਾ। ਜਿਹੜਾ ਜਿੱਦਾਂ ਦੀ ਭਾਵਨਾ ਬਣਾ ਕੇ, ਜਿੱਡੀ ਵੱਡੀ ਸ਼ਰਧਾ ਬਣਾ ਕੇ, ਜਿਹੋ ਜਿਹੀ ਮਨ ਵਿੱਚ ਕੋਈ ਆਸਥਾ ਲੈ ਕੇ ਆਉਂਦਾ, ਉਹੋ ਜਿਹਾ ਫਲ ਲੱਗ ਜਾਂਦਾ ਤੇ ਬੜੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਕੋਈ ਇੱਥੇ ਆ ਕੇ ਦੁੱਧ ਮੰਗਦਾ ਹੈ, ਕੋਈ ਪੁੱਤ ਮੰਗਦਾ ਹੈ, ਕੋਈ ਘਰ ਮੰਗਦਾ ਹੈ। ਬੰਦੇ ਦੀ ਜ਼ਿੰਦਗੀ 'ਚ ਸਭ ਤੋਂ ਵੱਡੀ ਖੁਸ਼ੀ, ਹਰ ਇੱਕ ਬੰਦੇ ਦਾ ਇਹ ਚਾਅ ਹੁੰਦਾ ਵੀ ਆਪਣੀ ਮਿਹਨਤ ਨਾਲ ਆਪਣਾ ਘਰ ਬਣਾਈਏ। ਇੱਥੇ ਜਦੋਂ ਸੰਗਤ ਸਾਹਿਬ ਕੋਲ ਅੱਗੇ ਵੀ ਆਈਦਾ, ਇਹ ਜਦੋਂ ਮਕਾਨ ਇਹਨਾਂ ਦਾ ਬਣਦਾ ਸੀ, ਇਹ ਕਹਿੰਦੇ ਬਾਬਾ ਜੀ ਮੈਂ ਕਿਸੇ ਨਾਲ ਹੇਰਾ ਫੇਰੀ ਨਹੀਂ ਕੀਤੀ, ਮੈਂ ਇੱਕ ਇੱਕ ਰੁਪਈਆ ਜੋੜ ਕੇ ਆਪਣੀ ਮਿਹਨਤ ਨਾਲ ਬਣਾਈ। ਜਦੋਂ ਮਿਹਨਤ ਕਰਕੇ ਸਤਿਗੁਰੂ ਭਾਗ ਲਾਉਂਦੇ ਨੇ ਨਾ, ਭਾਵੇਂ ਤੁਹਾਡੀ ਕੱਖਾਂ ਦੀ ਕੁੱਲੀ ਹੋਵੇ ਜਿਹੜੀ ਆਪਣੇ ਹੱਥੀਂ ਆਪ ਬਣਾਈ ਹੋਵੇ ਨਾ, ਉਹਦੇ 'ਚ ਬਹਿਣ ਦਾ ਆਨੰਦ ਹੀ ਵੱਖਰਾ ਹੁੰਦਾ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਆਪਣੇ ਸਿੱਖ ਦੀ, ਹਰ ਪੈਰ ਤੇ ਹਰ ਮੋੜ ਤੇ ਮਹਾਰਾਜ ਰੱਖਿਆ ਕਰਦੇ। ਤੇ ਜਦੋਂ ਆਏ ਹੁਣ ਜਥੇਦਾਰ ਸਾਹਿਬ ਬਾਬਾ ਬਲਜੀਤ ਸਿੰਘ ਜੀ, ਬੜੀਆਂ ਨਾਇਆਬਾਜ ਹਸਤੀਆਂ ਜਿਹੜੀਆਂ ਸਾਡੇ ਰਾਣਾ ਜੀ, ਦੇਵੀ ਸਾਹਿਬ, ਬੜੀ ਕਿਰਪਾ ਗੁਰੂ ਸਾਹਿਬ, ਸਰਦਾਰ ਗੁਰਪ੍ਰੀਤ ਸਿੰਘ ਜੀ, ਇਹ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ। ਭਾਵਨਾ ਬਣਾ ਕੇ, ਸ਼ਰਧਾ ਬਣਾ ਕੇ ਜਿਹੜਾ ਮਹਾਰਾਜ ਦੇ ਦਰ ਤੇ ਆਏਗਾ, ਸਤਿਗੁਰੂ ਸਭ ਦੀਆਂ ਝੋਲੀਆਂ ਭਰਦੇ ਨੇ। ਇੱਥੇ ਜੋ ਕਿਸੇ ਨੇ ਮੰਗਿਆ ਹੈ ਸਭ ਨੂੰ ਮਿਲਿਆ, ਸਭ ਨੂੰ ਮਿਲਿਆ। ਬਹਿ ਜਾਓ ਭਾਈ, ਇਹਨੂੰ ਧਿਆਨ ਦਿਓ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਦੋਂ ਪ੍ਰਕਾਸ਼ ਹੋਇਆ ਨਾ, ਪਟਿਆਲੇ ਦੇ ਲਾਗੇ ਪਿੰਡ ਪੈਂਦਾ ਕੜਾਮ, ਤੁਹਾਡੇ ਚੋਂ ਬੜਿਆਂ ਨੇ ਦਰਸ਼ਨ ਕੀਤੇ ਹੋਣਗੇ। ਭੀਖਣ ਸ਼ਾਹ ਫਕੀਰ ਸੀ ਉੱਥੋਂ ਦੇ ਰਹਿਣ ਵਾਲਾ, ਉਹਨੇ ਮਨ ਵਿੱਚ ਇੱਛਾ ਰੱਖੀ ਸੀ ਵੀ ਮੈਂ ਕਲਗੀਧਰ ਜੀ ਦੇ ਦਰਸ਼ਨ ਕਰਨੇ, ਦੀਦਾਰ ਕਰਨੇ ਨੇ ਮਹਾਰਾਜ ਦੇ। ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਇਆ ਪਟਨੇ ਦੀ ਧਰਤੀ ਤੇ, ਉਹਨੇ ਨਾ ਨਵਾਜ਼ ਅਦਾ ਕੀਤੀ ਤੇ ਦੋਵੇਂ ਹੱਥ ਜੋੜ ਕੇ ਪੂਰਬ ਦਿਸ਼ਾ ਵੱਲ ਸਿਜਦਾ ਕੀਤਾ, ਸਿਜਦਾ ਨਮਸਕਾਰ ਕੀਤੀ। ਉਹ ਚੇਲੇ ਕਹਿਣ ਲੱਗੇ, ਕਹਿੰਦੇ ਸਾਈਂ ਜੀ ਨਵਾਜ਼ ਤਾਂ ਤੁਸੀਂ ਅੱਗੇ ਵੀ ਅਦਾ ਕਰਦੇ ਹੋ, ਨਵਾਜ਼ ਅੱਜ ਵੀ ਅਦਾ ਕੀਤੀ ਪਰ ਅੱਗੇ ਇੱਧਰ ਨੂੰ ਮੱਥਾ ਨਹੀਂ ਕਦੇ ਟੇਕਿਆ, ਇਹ ਕੀ ਖੇਡ ਹੈ। ਉਸ ਵੇਲੇ ਆਖਣ ਲੱਗੇ ਭੀਖਣ ਸ਼ਾਹ, ਜਿਸ ਮਾਲਕ ਦੇ ਚਰਨਾਂ 'ਚ ਧਿਆਨ ਧਰ ਕੇ ਮੈਂ ਬਹਿਨਾ, ਜਿਹਦਾ ਪ੍ਰਕਾਸ਼ ਮੈਨੂੰ ਉੱਤੇ ਦਿਸਦਾ ਹੈ, ਉਹ ਰੱਬ ਧਰਤੀ 'ਤੇ ਆ ਗਿਆ, ਗੋਬਿੰਦ ਦਾ ਉਹਨੇ ਰੂਪ ਧਾਰਿਆ। ਉਸੇ ਵੇਲੇ
ਪਤਾ ਲੱਗਣ ਸਾਰ ਪੈਰੀ ਜੋੜਾ ਨਹੀਂ ਪਾਇਆ ਕੜਾਮ ਪਿੰਡ ਪਿੰਡ ਪਟਿਆਲੇ ਦੇ ਕੋਲ ਪੈਂਦਾ ਨੰਗੇ ਪੈਰੀ ਜੋੜਾ ਲਾ ਕੇ ਪੈਦਲ ਚੱਲ ਕੇ ਗਏ ਸੀ ਪਟਨਾ ਸਾਹਿਬ ਬਿਹਾਰ ਜਦੋਂ ਉੱਥੇ ਗਏ ਨਾ ਜਿਹੜਾ ਜਿੱਦਾਂ ਦੀ ਭਾਵਨਾ ਲੈ ਕੇ ਜਾਂਦਾ ਹੈ ਦੁਨਿਆਵੀ ਸੁੱਖ ਵੀ ਤੇ ਉਮਰਾਂ ਦੇ ਸੁੱਖ ਵੀ ਰੂਹਾਨੀਅਤ ਦਾ ਸੁੱਖ ਵੀ ਸਤਿਗੁਰੂ ਜੀ ਦੇ ਦਰ ਚੋਂ ਮਿਲਦਾ ਜਦੋਂ ਜਾ ਕੇ ਫਕੀਰਾਂ ਵਾਲਾ ਵੇਸ ਬਣਾਇਆ ਤੇ ਹੱਥ ਜੋੜ ਕੇ ਬੈਠ ਗਏ ਪਟਨਾ ਸਾਹਿਬ ਦੀ ਧਰਤੀ ਤੇ ਜਦੋਂ ਮਹਾਰਾਜ ਗਏ ਤੇ ਸਾਈਂ ਭੀਖਣ ਸ਼ਾਹ ਜੀ ਜਾ ਕੇ ਕਹਿੰਦੇ ਉਹ ਕਹਿੰਦੇ ਦਰਸ਼ਨ ਕਰਨੇ ਨੇ ਮਹਾਰਾਜ ਦੇ ਗੋਬਿੰਦ ਰਾਏ ਜੀ ਦੇ ਮੈਂ ਦਰਸ਼ਨ ਕਰਨ ਆਇਆ ਕੌਣ ਹੈ ਭਾਈ ਤੂੰ ਐਂ ਪੁੱਛਦੇ ਨੇ ਤੂੰ ਕੌਣ ਹੈ ਕਹਿੰਦੇ ਜੀ ਮੈਂ ਕੜਾਮ ਪਿੰਡ ਹੈ ਮੇਰਾ ਪਟਿਆਲੇ ਤੋਂ ਚੱਲ ਕੇ ਆਇਆ ਮੈਂ ਗੋਬਿੰਦ ਰਾਏ ਦੇ ਦਰਸ਼ਨ ਕਰਨੇ ਨੇ ਇੱਕ ਵਾਰੀ ਦਰਸ਼ਨ ਕਰਾ ਦਿਓ ਅਜੇ ਕੁਛ ਦਿਨਾਂ ਦੇ ਸੀ ਮਹਾਰਾਜ ਸੱਚੇ ਪਾਤਸ਼ਾਹ ਅਜੇ ਕੁਛ ਦਿਨਾਂ ਦੇ ਨੇ ਕਹਿੰਦੇ ਦਰਸ਼ਨ ਕਰਨੇ ਕਹਿੰਦੇ ਹਾਂ ਕਰਾਓ ਪਤਾ ਕੀ ਕਹਿੰਦੇ ਉਹ ਕਹਿੰਦੇ ਜੀ ਅਸੀਂ ਮਹਾਰਾਜ ਨੂੰ ਕਿਸੇ ਮੁਸਲਮਾਨ ਦੇ ਮੱਥੇ ਨਹੀਂ ਲਾਉਣਾ ਅਜੇ ਬੜੇ ਦੁਸ਼ਮਣ ਨੇ ਬੜੇ ਵੈਰੀ ਨੇ ਸਾਡੇ ਜਦੋਂ ਮਹਾਰਾਜ ਵੱਡੇ ਹੋਣਗੇ ਫੇਰ ਆ ਜਾਇਓ ਅਜੇ ਨਹੀਂ ਅਸੀਂ ਮੱਥੇ ਲਾਉਂਦੇ ਹੱਥ ਜੋੜ ਕੇ ਕਹਿੰਦਾ ਕਹਿੰਦਾ ਕੀ ਹੋ ਗਿਆ ਜੇ ਮੈਂ ਮੁਸਲਮਾਨ ਹਾਂ ਮੇਰੀ ਅੰਦਰ ਦੀ ਭਾਵਨਾ ਵੇਖੋ ਮੈਂ ਪੈਦਲ ਚੱਲ ਕੇ ਕੜਾਮ ਤੋਂ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ ਇੱਕ ਵਾਰੀ ਦਰਸ਼ਨ ਕਰਾ ਦਿਓ ਬਸ ਕਹਿੰਦੇ ਨਾ ਅਸੀਂ ਤਾਂ ਨਹੀਂ ਕਰਾਉਂਦੇ ਚਲੇ ਜਾਓ ਸਾਈਂ ਭੀਖਣ ਸ਼ਾਹ ਹੱਥ ਜੋੜ ਕੇ ਬਹਿ ਗਏ ਦਰਵਾਜ਼ੇ ਦੇ ਅੱਗੇ ਕਹਿੰਦੇ ਆ ਬੈਠਾ ਜਿੰਨਾ ਚਿਰ ਦਰਸ਼ਨ ਨਹੀਂ ਹੁੰਦੇ ਮੈਂ ਜਾਣ ਵਾਲਿਆਂ ਚੋਂ ਨਹੀਂ ਜਿਹੜਾ ਬੰਦਾ ਭਾਵਨਾ ਬਣਾ ਕੇ ਤੁਰ ਪਏ ਨਾ ਕਿਸੇ ਮੰਜ਼ਿਲ ਵੱਲ ਕਿਸੇ ਫੀਲਡ 'ਚ ਚਲੇ ਜਾਓ ਇੱਕ ਉਹ ਹੈ ਜੋ ਬਦਲਦੇ ਹੈ ਜ਼ਮਾਨੇ ਕੇ ਸਾਥ ਸਾਥ ਲੇਕਿਨ ਮਰਦ ਉਹ ਹੈ ਜੋ ਜ਼ਮਾਨੇ ਕੋ ਬਦਲ ਦਿੱਤੇ ਜੇ ਰੱਬ ਦੀ ਪ੍ਰਾਪਤੀ ਵੱਲ ਤੁਰੇ ਹਾਂ ਤੇ ਤੁਰੇ ਰਹੋ ਇਹ ਨਹੀਂ ਵੀ ਅੱਜ ਨਿਤਨੇਮ ਕੀਤਾ ਦੋ ਮਹੀਨੇ ਕਰਿਆ ਚਾਰ ਮਹੀਨੇ ਕਰਿਆ ਕਈ ਤਿੰਨ ਕੁ ਮਹੀਨੇ ਬਾਅਦ ਕਰਕੇ ਸਿਮਰਨ ਫਿਰ ਕਾਹਲੇ ਪੈਣਗੇ ਗੱਲ ਜੀ ਨਹੀਂ ਬਣੀ ਉਹ ਗੁਰਮੁਖੋ ਛੇ ਮਹੀਨੇ ਤੋਂ ਪਹਿਲਾਂ ਤਾਂ ਜ਼ਮੀਨ ਵੀ ਫਸਲ ਨਹੀਂ ਦਿੰਦੀ ਤੁਰੇ ਰਹੋ ਬਸ ਭੀਖਣ ਸ਼ਾਹ ਜੀ ਬਹਿ ਗਏ ਉੱਥੇ ਬੂਹਾ ਮੱਲ ਕੇ ਉਹ ਕਹਿੰਦੇ ਗੱਲ ਸੁਣੋ ਜੀ ਜੇ ਤੁਸੀਂ ਕਹੋ ਵੀ ਚੱਲਿਆ ਜਾ ਕਹਿੰਦੇ ਮੈਂ ਤਾਂ ਨਹੀਂ ਜਾਣਾ ਕੀ ਚਾਹੁੰਦਾ ਹੈ ਉੱਥੇ ਬਸ ਦਰਵਾਜ਼ਾ ਮੱਲ ਲਿਆ ਉੱਚੀ ਉੱਚੀ ਬੋਲੀ ਜਾਂਦਾ ਹੈ ਉਹ ਫੱਕਰ ਤਾਂ ਬਹਿ ਗਿਆ ਬੂਹਾ ਮੱਲ ਕੇ ਫੱਕਰ ਤਾਂ ਬਹਿ ਗਿਆ ਬੂਹਾ ਮੱਲ ਕੇ ਮੈਂ ਦਰਸ਼ਨ ਕਰਕੇ ਜਾਵਾਂਗਾ ਫੱਕਰ ਤਾਂ ਬਹਿ ਗਿਆ ਬੂਹਾ ਮੱਲ ਕੇ ਦਰਸ਼ਨ ਕਰਕੇ ਜਾਵਾਂਗਾ ਫੱਕਰ ਤਾਂ ਬਹਿ ਗਿਆ ਬੂਹਾ ਮੱਲ ਕੇ ਦਰਸ਼ਨ ਕਰਕੇ ਜਾਵਾਂਗਾ ਦਰਸ਼ਨ ਕਰਕੇ ਜਾਵਾਂਗਾ ਤਾਂ ਬਹਿ ਗਿਆ ਬੂਹਾ ਮੱਲ ਕੇ ਦਰਸ਼ਨ ਕਰਕੇ ਜਾਵਾਂਗਾ ਤਾਂ ਬਹਿ ਗਿਆ ਬੂਹਾ ਮੱਲ ਕੇ ਦਰਸ਼ਨ ਕਰਕੇ ਜਾਵਾਂਗਾ ਮੈਂ ਦਰਸ਼ਨ ਕਰਕੇ ਜਾਵਾਂਗਾ ਦਰਸ਼ਨ ਕਰਕੇ ਜਾਵਾਂਗਾ ਦਰਸ਼ਨ ਕਰਕੇ ਜਾਵਾਂਗਾ ਕਰਕੇ ਜਾਵਾਂ ਮੈਂ ਦਰਸ਼ਨ ਕਰਕੇ ਜਾਵਾਂਗਾ ਕਰਕੇ ਜਾਵਾਂਗਾ ਫੱਕਰ ਤਾਂ ਬਹਿ ਗਿਆ ਬੂਹਾ ਮੱਲ ਕੇ ਦਰਸ਼ਨ ਕਰਕੇ ਜਾਵਾਂਗਾ ਫੱਕਰ ਤਾਂ ਬਹਿ ਗਿਆ ਬੂਹਾ ਮੱਲ ਕੇ ਦਰਸ਼ਨ ਕਰਕੇ ਜਾਵਾਂਗਾ ਫੱਕਰ ਤਾਂ ਬਹਿ ਗਿਆ ਬੂਹਾ ਮੱਲ ਕੇ ਦਰਸ਼ਨ ਕਰਕੇ ਜਾਵਾਂਗਾ ਉਸ ਵੇਲੇ ਕਹਿੰਦੇ ਜਾਣ ਵਾਲਿਆਂ ਚੋਂ ਨਹੀਂ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਕਈ ਦਿਨ ਲੰਘ ਗਏ ਉੱਥੇ ਬੈਠੇ ਰਹੇ ਭੀਖਣ ਸ਼ਾਹ ਉੱਥੇ ਬੈਠੇ ਰਹੇ ਫਿਰ ਮਾਮਾ ਕਿਰਪਾਲ ਚੰਦ ਜੀ ਆਖਣ ਲੱਗੇ ਕਹਿੰਦੇ ਦਰਸ਼ਨ ਕਰਾਉਣੇ ਪੈਣੇ ਨੇ
ਇਹ ਜੇ ਜਾਣ ਵਾਲਾ ਹੁੰਦਾ ਇਹ ਤਾਂ ਉਦਣ ਦਾ ਹੀ ਚਲਿਆ ਜਾਂਦਾ, ਇਹ ਤਾਂ ਕੋਈ ਤਗੜਾ ਸ਼ਰਧਾਵਾਨ ਲੱਗਦਾ ਹੈ, ਕੋਈ ਤਗੜਾ ਫਕੀਰ ਲੱਗਦਾ ਹੈ। ਸਤਸੰਗ ਜੀ, ਮਾਮਾ ਕਿਰਪਾਲ ਚੰਦ ਜੀ ਗੋਦ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਫਿਰ ਲੈ ਕੇ ਆਏ, ਗੁਰਮੁਖੋ ਸੋਹਣੀ ਸੇਜ ਗੋਦ ਦੀ ਬਣਾਈ। ਜਦੋਂ ਮਹਾਰਾਜ ਨੂੰ ਬਾਹਰ ਭੀਖਣ ਸ਼ਾਹ ਫਕੀਰਾ ਆਉਣਗੇ, ਮਹਾਰਾਜ ਕਰ ਲੈ ਦਰਸ਼ਨ, ਹੱਥ ਵਿੱਚ ਦੋ ਕੁੱਜੇ ਫੜ ਲਏ। ਜਦੋਂ ਸਤਿਗੁਰੂ ਆਏ, ਅਜੇ ਕੁਛ ਦਿਨਾਂ ਦੇ ਨੇ ਗੋਬਿੰਦ ਰਾਏ, ਜਦੋਂ ਐਂ ਬਾਹਰ ਲਿਆਂਦਾ ਮਾਮਾ ਕਿਰਪਾਲ ਚੰਦ ਜੀ ਨੇ, ਏਦਾਂ ਹੱਥ 'ਚ ਦੋ ਕੁੱਜੇ ਫੜ ਲਏ। ਕੁੱਜੇ ਫੜ ਕੇ ਕਹਿੰਦੇ ਹੋ ਮਹਾਰਾਜ, ਮਨੋ ਮਨੀ ਬੇਨਤੀਆਂ ਭੀਖਣ ਸ਼ਾਹ ਜੀ ਨੇ ਕੀਤੀਆਂ, ਸਤਿਗੁਰੂ ਤੁਸੀਂ ਦੁਨੀਆਂ 'ਤੇ ਆਏ ਹੋ, ਤੁਹਾਡਾ ਆਉਣਾ ਧਨ ਹੈ। ਉਹ ਮਹਾਰਾਜ ਐਂ ਦੱਸ ਦਿਓ, ਤੁਸੀਂ ਹਿੰਦੂਆਂ ਦੇ ਜਾਂ ਸਿੱਖਾਂ ਦੇ ਜਾਂ ਮੁਸਲਮਾਨਾਂ ਦੇ, ਆਏ ਕਿੰਨੇ ਹੋ ਤੁਸੀਂ? ਇੱਕ ਕੁੱਜੇ 'ਚ ਮਨ 'ਚ ਇੱਛਾ ਬਣਾ ਲਈ, ਇਹ ਮੁਸਲਮਾਨਾਂ ਦਾ, ਆ ਹਿੰਦੂਆਂ ਦਾ, ਕਿਹਨਾਂ ਦੇ ਹੋ? ਅਜੇ ਕੁਛ ਦਿਨਾਂ ਦੀ ਅਵਸਥਾ ਹੈ, ਉਹ ਜਾਣੀ ਜਾਣ ਘੱਟ ਘੱਟ ਕੇ, ਅੰਤਰ ਕੀ ਜਾਣਤ ਭਲੇ ਬੁਰੇ ਕੀ, ਜਾਣੀ ਜਾਣ ਸਤਿਗੁਰੂ ਮਾਮਾ ਕਿਰਪਾਲ ਚੰਦ ਜੀ ਦੀ ਗੋਦ 'ਚੋਂ ਉੱਠ ਕੇ ਇੱਕਦਮ ਸਤਸੰਗ ਜੀ ਦੋਵੇਂ ਕੁੱਜਿਆਂ 'ਤੇ ਹੱਥ ਰੱਖਤਾ। ਕਲਗੀਆਂ ਵਾਲੇ ਸਤਿਗੁਰਾਂ, ਭੀਖਣ ਜੀ, ਅਸੀਂ ਕਿਸੇ ਇੱਕ ਦੇ ਨਹੀਂ, ਸਾਰੀ ਦੁਨੀਆਂ ਦੇ ਸਾਂਝੇ ਰਹਿਬਰ ਆਏ, ਕਿਸੇ ਇੱਕ ਦੇ ਨਹੀਂ। ਤਸੱਲੀ ਹੋ ਗਈ, ਇਹ ਖੁਦਾ ਦਾ ਨੂਰ ਆਇਆ। ਉਹ ਸਤਸੰਗ ਜੀ, 32 ਸਾਲਾਂ ਬਾਅਦ ਮਾਤਾ ਗੁਜਰ ਕੌਰ ਜੀ ਦੀ ਕੁੱਖ ਨੂੰ ਭਾਗ ਲੱਗਿਆ ਸੀ, ਫੇਰ ਆਏ ਸੀ ਗੋਬਿੰਦ ਰਾਏ ਮਹਾਰਾਜ, 32 ਸਾਲਾਂ ਦੀ ਭਗਤੀ। ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਜਦੋਂ ਆਗਮਨ ਹੋਇਆ, ਸਾਈਂ ਭੀਖਣ ਸ਼ਾਹ ਉਹਨੇ ਤੇ ਦਰਸ਼ਨ ਕੀਤੇ, ਦੂਰੋਂ ਦੂਰੋਂ ਲੋਕ ਵਧਾਈਆਂ ਦੇਣ ਆਉਣ ਲੱਗੇ, ਧੰਨ ਮਾਂ ਗੁਜਰ ਕੌਰ ਨੂੰ, ਅੱਜ ਮਾਤਾ ਗੁਜਰੀ ਨੂੰ, ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ, ਅੱਜ ਮਾਤਾ ਗੁਜਰੀ ਸੰਗਤਾਂ ਦੇਣ ਵਧਾਈਆਂ, ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ, ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ, ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ, ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ। ਉਹ ਰਮਜ ਪਛਾਣ ਲੈਂਦਾ, ਉਹ ਰਮਜ ਪਛਾਣ ਲੈਂਦਾ ਜਿਹਨੇ ਪ੍ਰੇਮ ਪਿਆਲਾ ਪੀਤਾ, ਉਹ ਰਮਜ ਪਛਾਣ ਲੈਂਦਾ ਜਿਹਨੇ ਪ੍ਰੇਮ ਪਿਆਲਾ ਪੀਤਾ, ਉਹ ਰਮਜ ਪਛਾਣ ਲੈਂਦਾ ਜਿਹਨੇ ਪ੍ਰੇਮ ਪਿਆਲਾ ਪੀਤਾ, ਰਮਜ ਪਛਾਣ ਲੈਂਦਾ ਜਿਹਨੇ ਪ੍ਰੇਮ ਪਿਆਲਾ ਪੀਤਾ, ਉਹ ਰਮਜ ਪਛਾਣ ਲੈਂਦਾ ਜਿਹਨੇ ਪ੍ਰੇਮ ਪਿਆਲਾ ਪੀਤਾ, ਉਹ ਰਮਜ ਪਛਾਣ ਲੈਂਦਾ ਜਿਹਨੇ ਪ੍ਰੇਮ ਪਿਆਲਾ ਪੀਤਾ। ਭੀਖਣ ਸ਼ਾਹ ਫਕਰ ਨੇ ਉਹ ਸਿਜਦਾ ਪੂਰਬ ਦੇ ਵੱਲ ਕੀਤਾ, ਭੀਖਣ ਸ਼ਾਹ ਫਕਰ ਨੇ ਸਿਜਦਾ ਪੂਰਬ ਦੇ ਵੱਲ ਕੀਤਾ, ਭੀਖਣ ਸ਼ਾਹ ਫਕਰ ਨੇ ਸਿਜਦਾ ਪੂਰਬ ਦੇ ਵੱਲ ਕੀਤਾ, ਭੀਖਣ ਸ਼ਾਹ ਫਕਰ ਨੇ ਸਿਜਦਾ ਪੂਰਬ ਦੇ ਵੱਲ ਕੀਤਾ, ਭੀਖਣ ਸ਼ਾਹ ਫਕਰ ਨੇ ਸਿਜਦਾ ਪੂਰਬ ਦੇ ਵੱਲ ਕੀਤਾ, ਭੀਖਣ ਸ਼ਾਹ ਫਕਰ ਨੇ ਸਜਦਾ ਪੂਰਬ ਦੇ ਵੱਲ ਕੀਤਾ। ਚੇਲੇ ਕਹਿੰਦੇ ਸਾਈਂ ਜੀ, ਭੀਖਣ ਸ਼ਾਹ ਫਕੀਰ ਦੇ ਚੇਲੇ ਵੀ ਵਿਰੁੱਧ ਹੋ ਗਏ ਸੀ ਉਹਦੇ, ਅਸੀਂ ਤੁਹਾਨੂੰ ਗੁਰੂ ਮੰਨਦੇ ਹਾਂ, ਤੁਸੀਂ ਕੱਲ ਦਾ ਬਾਲਕ ਉਹਨੂੰ ਮੱਥੇ ਟੇਕੀ ਜਾਂਦੇ। ਚੇਲੇ ਕਹਿੰਦੇ ਸਾਈਂ ਜੀ ਇਹ ਕੀ ਪੁੱਠੀਆਂ ਕਲਾਂ ਚਲਾਈਆਂ, ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ, ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ, ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ, ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ, ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ। ਕਲਗੀਧਰ ਸੱਚੇ ਪਾਤਸ਼ਾਹ ਆਏ, ਸਤਸੰਗ ਜੀ ਮੁੜ ਕੇ ਗਏ ਨਹੀਂ, ਸਰੀਰ ਕਰਕੇ ਜਾਣੇ ਹੁੰਦੇ ਨੇ, ਅੱਜ ਵੀ ਭਾਵਨਾ ਬਣਾ ਕੇ ਜਿਹੜਾ ਯਾਦ ਕਰਦਾ ਸਤਿਗੁਰੂ ਅੱਜ ਵੀ ਉਸੇ ਤਰ੍ਹਾਂ ਹਾਜ਼ਰ ਨਾਜ਼ਰ ਹੁੰਦੇ ਨੇ। ਜਿੱਥੇ ਸੋਹਣੇ ਮਹਿਲ ਸੰਗਤ ਸਾਹਿਬ ਤੁਹਾਨੂੰ ਵਾਹਿਗੁਰੂ ਨੇ ਬਖਸ਼ੇ ਨੇ, ਗੁਰੂ ਸਾਹਿਬ ਕਿਰਪਾ ਕਰਨ। ਵੈਸੇ
ਤੁਸੀਂ ਸਰਦਾਰ ਗੁਰਪ੍ਰੀਤ ਸਿੰਘ ਹੋਣਾ ਦੀ ਸੰਗਤ ਕੀਤੀ, ਘੁੱਗੀ ਸਾਹਿਬ ਹੋਣਾ ਦੀ। ਇਹ ਵੇ ਵੀ ਆਪਣੇ ਮੂਲ ਨਾਲ, ਜਿਹੜਾ ਦਰਖਤ ਜਿੰਨੀਆਂ ਜਿਹੜਾ ਨੀਵੀਆਂ ਲੈ ਜਾਂਦਾ ਉੱਡਾ ਹੀ ਉੱਚਾ ਜਾਂਦਾ ਹੈ। ਨਿਮਰਤਾ, ਲਿਆਕਤ, ਪਿਆਰ ਸਤਿਗੁਰੂ ਜੀ ਦੇ ਚਰਨਾਂ 'ਚ। ਮਹਾਰਾਜ ਨੇ ਰੰਗ ਭਾਗ ਲਾਏ ਨੇ। ਸਿਮਰਨ ਜੀ ਇਹਨਾਂ ਦੇ ਘਰੋਂ, ਭੈਣ ਜੀ, ਜਿੰਨੀ ਵਾਰ ਵੀ ਕੋਈ ਮਹਾਤਮਾ ਸਾਡੇ ਨਾਲ ਆਏ, ਸਾਧੂ ਆਏ, ਆਉਣਾ ਜਾਣਾ ਜਿੱਦਣ ਦਾ ਸਾਨੂੰ ਮਿਲੇ ਨੇ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਮਹਾਤਮਾ ਦਾ। ਬੜੇ ਪਿਆਰ ਵਿੱਚ ਭੇਜ ਕੇ ਸਾਰੇ ਸੇਵਾ ਕਰਦੇ ਨੇ। ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਅਤੇ ਇੱਥੇ ਜਦੋਂ ਹੁਣ ਸੰਗਤ ਸਾਹਿਬ, ਤੁਸੀਂ ਕਦੇ ਫਿਲਮਾਂ ਤੋਂ ਵਿਹਲੇ ਹੋਵੋ ਜਾਂ ਕਦੇ ਵੀ ਸਮਾਂ ਮਿਲੇ, ਭਾਵਨਾ ਬਣਾ ਕੇ, ਸ਼ਰਧਾ ਬਣਾ ਕੇ ਕਲਗੀਧਰ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਬਹਿ ਜਾਇਆ ਕਰੋ। ਇਹ ਦਿਨ ਵੀ ਉਹ ਚੱਲਦੇ ਨੇ, ਪੋਹ ਦਾ ਮਹੀਨਾ ਚੱਲਦਾ ਹੈ। ਸੰਗਤ ਸਾਹਿਬ ਨੇ ਇੱਕ ਗੀਤ ਵੀ ਕੀਤਾ ਪਿੱਛੇ ਜੀ, ਵੱਡੇ ਸਾਹਿਬਜ਼ਾਦਿਆਂ ਦਾ, ਬੜੇ ਪ੍ਰੇਮ ਨਾਲ ਇਹਨਾਂ ਨੇ ਗਾਇਆ। ਜਦੋਂ ਅਸੀਂ ਕੋਈ ਵੀ ਸੁੱਖ ਜ਼ਿੰਦਗੀ 'ਚ ਲੈਂਦੇ ਹਾਂ ਨਾ, ਮੰਨ ਲਓ ਆਪਣੇ ਘਰ 'ਚ ਬੈਠੇ ਹਾਂ, ਗੱਡੀ 'ਚ ਬੈਠੇ ਹਾਂ, ਸੁੱਖ ਲੈ ਰਹੇ ਹਾਂ, ਇਹ ਚੇਤੇ ਰੱਖਿਆ ਕਰੋ ਖਾਲਸਾ ਜੀ, ਇਹ ਕਲਗੀਧਰ ਗੁਰੂ ਗੋਬਿੰਦ ਸਿੰਘ ਦੀ ਬਦੌਲਤ। ਕੋਈ ਕਿਸੇ ਨੂੰ ਆਪਣਾ ਰੋਲ ਮਾਡਲ ਮੰਨੇ, ਪਰ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਹਾਂ। ਕਿਉਂ? ਨਹੀਂ ਸੀ ਤੇਰੇ ਪੁੱਤਰਾਂ ਦੇ ਸਿਰਾਂ 'ਤੇ ਸਿਹਰੇ ਬਣੀਣੇ ਜੇ ਗੁਰੂ ਗੋਬਿੰਦ ਸਿੰਘ ਆਪਣੇ ਚਾਰ ਨਾ ਵਾਰਦੇ। ਕਿਸੇ ਦੇ ਪੁੱਤ ਨੂੰ ਕੋਈ ਆਪਣੀ ਗੋਦ ਤਾਂ ਲੈਂਦਾ ਜਿਹਦਾ ਆਪਣਾ ਨਾ ਹੋਵੇ। ਕਲਗੀਧਰ ਗੁਰੂ ਗੋਬਿੰਦ ਸਿੰਘ ਦੇ ਚਾਰ ਸੀ, ਫੇਰ ਮਾਰੇ ਨੇ, ਸਾਨੂੰ ਗੋਦ 'ਚ ਲਿਆ, ਚਾਰ ਪੁੱਤ ਵਾਰੇ ਪਹਿਲਾਂ। ਅਤੇ ਜਦੋਂ ਸੁੱਖਾਂ ਦੇ ਰਾਜੇ ਬਣਦੇ ਆ ਨਾ, ਅਤੇ ਉਦੋਂ ਐਂ ਜਿਹਨਾਂ ਜਿਹਨਾਂ ਨੂੰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਏ, ਉਹ ਪ੍ਰੇਮ ਵਿੱਚ ਆ ਬੋਲਿਆ ਕਰੋ। ਸਾਰੇ ਸੁਣਦੇ ਹੀ ਹੋ ਤੁਸੀਂ, ਇੱਕ ਦੋ ਧਾਰਨਾ ਪੜ੍ਹ ਕੇ ਫਿਰ ਨਾਲ ਹੀ ਆਪਾਂ ਨਾਨਸਾ ਪੜ੍ਹਦੇ ਹਾਂ। ਸਤਿਗੁਰੂ ਮਿਹਰ ਕਰਨ, ਇਹ ਅਰਦਾਸ ਕਰਿਆ ਕਰੋ। ਇਹ ਕਲਗੀਧਰ ਸੱਚੇ ਪਾਤਸ਼ਾਹ ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆ ਨੂੰ ਹੋ ਗਏ ਬਹੁਤੇ ਅਰਸੇ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆ ਨੂੰ ਹੋ ਗਏ ਬਹੁਤੇ ਅਰਸੇ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆ ਨੂੰ ਹੋ ਗਏ ਬਹੁਤੇ ਅਰਸੇ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆ ਨੂੰ ਹੋ ਗਏ ਬਹੁਤੇ ਅਰਸੇ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆ ਨੂੰ ਹੋ ਗਏ ਬਹੁਤੇ ਅਰਸੇ। ਮਿਲਿਆ ਨੂੰ ਹੋ ਗਏ ਬਹੁਤੇ ਅਰਸੇ, 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 ਮਿਲਿਆ ਨੂੰ ਬਹੁਤੇ ਹੋ ਗਏ ਅਰਸੇ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆ ਨੂੰ ਹੋ ਗਏ ਬਹੁਤੇ ਅਰਸੇ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆ ਨੂੰ ਹੋ ਗਏ ਬਹੁਤੇ ਅਰਸੇ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆ ਨੂੰ ਹੋ ਗਏ ਬਹੁਤੇ ਅਰਸੇ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆ ਨੂੰ ਹੋ ਗਏ ਬਹੁਤੇ ਅਰਸੇ। ਰਾਜਨਾ ਤੇਰੇ ਦਰ ਤੇ ਆਇਆ, ਮੱਥਾ ਚਰਨਾਂ ਦੇ ਨਾਲ ਲਾਇਆ, ਫੁੱਲਾਂ ਬਖਸ਼ੋ ਮੇਰੀ। ਰਾਜਨਾ ਤੇਰੇ ਦਰ ਤੇ ਆਇਆ, ਮੱਥਾ ਚਰਨਾਂ ਦੇ ਨਾਲ ਲਾਇਆ, ਫੁੱਲਾਂ ਬਖਸ਼ੋ ਮੇਰੀਆਂ। ਰਾਜਨਾ ਤੇਰੇ ਦਰ ਤੇ ਆਇਆ, ਮੱਥਾ ਚਰਨਾਂ ਦੇ ਨਾਲ ਲਾਇਆ, ਫੁੱਲਾਂ ਬਖਸ਼ੋ ਮੇਰੀ। ਰਾਜਨਾ ਤੇਰੇ ਦਰ ਤੇ ਆਇਆ, ਮੱਥਾ ਚਰਨਾਂ ਦੇ ਨਾਲ ਲਾਇਆ, ਫੁੱਲਾਂ ਬਖਸ਼ੋ ਮੇਰੀਆਂ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆ ਨੂੰ ਹੋ ਗਏ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆ ਨੂੰ ਹੋ ਗਏ ਬਹੁਤੇ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆ ਨੂੰ ਹੋ ਗਏ ਬਹੁਤੇ ਅਰਸੇ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆ ਨੂੰ ਹੋ ਗਏ ਬਹੁਤੇ ਅਰਸੇ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆ ਨੂੰ ਬਹੁਤੇ ਹੋ ਗਏ ਅਰਸੇ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ, ਮਿਲਿਆ ਨੂੰ ਬਹੁਤੇ ਹੋ ਗਏ ਅਰਸੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ।
ਗਰੀਬ ਨਵਾਜ ਸੱਚੇ ਪਾਤਸ਼ਾਹ, ਜਿੰਨੀਆਂ ਸੰਗਤਾਂ ਆਈਆਂ ਨੇ, ਜਿੰਨੀਆਂ ਪਵਿੱਤਰ ਰੂਹਾਂ ਆਈਆਂ ਨੇ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗਰੇਵਾਲ ਸਾਹਿਬ ਹੋਣੀ ਬਹੁਤ ਸੋਹਣੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਕੈਸੇ ਕੈਸੇ ਨਗਮੇ ਇਹਨਾਂ ਨੇ ਦਿੱਤੇ ਨੇ। ਜਦੋਂ ਅਸੀਂ ਇਹਨਾਂ ਨੂੰ ਸੁਣੀਦਾ, ਸਾਡੇ ਨਿੱਕੂ ਭਾਅ ਜੀ ਰਾਣਾ ਜੀ ਬੈਠੇ ਨੇ ਪਿੱਛੇ, ਕੈਸੀਆਂ ਸੁਰੀਲੀਆਂ ਆਵਾਜ਼ਾਂ। ਜਦੋਂ ਕੋਈ ਭਿੱਜ ਕੇ ਮਾਲਕ ਦੇ ਰੰਗ ਵਿੱਚ ਗਾਉਂਦਾ, ਜਿਹੜਾ ਕਿਸੇ ਨੂੰ ਜੋੜ ਦਿੰਦਾ ਹੈ, ਮੈਨੂੰ ਤਾਂ ਐਂ ਲੱਗਦਾ ਹੁੰਦਾ ਵੀ ਪਤਾ ਨਹੀਂ ਵਾਹਿਗੁਰੂ ਨੇ ਕਿੰਨੇ ਕੁ ਜਨਮਾਂ ਦੀ ਇਹਨਾਂ ਤੋਂ ਤਪੱਸਿਆ ਲਈ ਜਿਹੜੀ ਵੀ ਸਾਰਿਆਂ ਨੂੰ ਹੀ ਜੋੜੀ ਜਾਂਦੀ। ਵਾਹਿਗੁਰੂ ਜੀ ਦੀ ਵੱਡੀ ਬਖਸ਼ਿਸ਼। ਕੋਈ ਆਪਣੀ ਕਲਾ ਰਾਹੀਂ ਅਤੇ ਕੋਈ ਆਪਣੇ ਗਾਉਣ ਰਾਹੀਂ, ਸਤਿਗੁਰੂ ਜੀ ਦੇ ਚਰਨਾਂ ਵਿੱਚ ਸਭ ਦੀਆਂ ਡਿਊਟੀਆਂ ਲੱਗੀਆਂ ਨੇ, ਨਿਭਾ ਰਹੇ ਨੇ। ਬਹੁਤ ਬਹੁਤ ਸਾਰਿਆਂ ਨੂੰ ਜੀ ਆਇਆਂ। ਸੰਗਤ ਸਾਹਿਬ ਤੁਹਾਨੂੰ ਫਿਰ ਬਹੁਤ ਬਹੁਤ ਦਾਸ ਵੱਲੋਂ, ਸਾਰੇ ਜਥੇ ਵੱਲੋਂ ਵਾਹਿਗੁਰੂ ਮਿਹਰ ਕਰੇ, ਇਸੇ ਤਰ੍ਹਾਂ ਤੁਹਾਨੂੰ ਤਰੱਕੀਆਂ ਕਰੋ, ਤੁਸੀਂ ਚੜ੍ਹਦੀ ਕਲਾ 'ਚ ਰਹੋ। ਇੱਕ ਮੇਰੀ ਬੇਨਤੀ, ਉਹ ਜਿਹੜੇ ਵੀਰ ਬੈਠੇ ਨੇ ਨਾ ਕੁਰਸੀਆਂ 'ਤੇ, ਜਿਹਨਾਂ ਦੀਆਂ ਲੱਤਾਂ ਕੰਮ ਕਰਦੀਆਂ ਹੈ, ਉਹ ਤਾਂ ਸੰਗਤ ਜਾ ਕੇ ਬੈਠੀ ਦਾ ਹੁੰਦਾ ਹੈ, ਨੰਗੇ ਸਿਰ ਤੁਹਾਡੇ ਪੈਰਾਂ 'ਚ ਜੋੜੇ ਪਾਏ ਇਹ ਚੇਤੇ ਰੱਖਿਓ, ਜਿੱਦਣ ਗੁਰੂ ਨੇ ਪਿੱਠ ਕਰ ਲਈ ਨਾ, ਕਿਸੇ ਨਰਕ ਨੇ ਵੀ ਥਾਂ ਨਹੀਂ ਦੇਣੀ। ਚੰਗੀਆਂ ਭਲੀਆਂ ਲੱਤਾਂ ਚੱਲਦੀਆਂ, ਤੁਸੀਂ ਕਿਉਂ ਕੁਰਸੀਆਂ 'ਤੇ ਬੈਠੇ? ਇੱਥੇ ਸੰਗਤ ਜਾ ਕੇ ਬਹਿਣਾ ਚਾਹੀਦਾ ਤੁਹਾਨੂੰ। ਧਿਆਨ ਰੱਖਿਆ ਕਰੋ ਇਹਨਾਂ ਗੱਲਾਂ ਦਾ, ਇਹ ਨਹੀਂ ਵੀ ਇਕੱਲਾ ਇੱਥੇ ਆਏ ਹੋ ਵੀ ਇੱਥੇ ਹੀ ਬਹਿਣਾ। ਆਪਾਂ ਗੁਰੂ ਦਾ ਦਰਬਾਰ ਜਿੱਥੇ ਹੋਵੇ ਉੱਥੇ ਗੁਰੂ ਦੇ ਬਰਾਬਰ ਨਹੀਂ ਬੈਠੀ ਦਾ ਹੁੰਦਾ। 70-80 ਸਾਲ ਦੇ ਬਜ਼ੁਰਗ ਹੋਣ, ਉਹਨਾਂ ਦੀਆਂ ਗੱਲਾਂ ਵੱਖਰੀਆਂ ਹੁੰਦੀਆਂ ਨੇ, ਪਰ ਐਂ ਨਹੀਂ ਚੱਲਦਾ ਹੁੰਦਾ। ਬਹਿ ਜਾਓ, ਆ ਕੇ ਇੱਥੇ ਪੜ੍ਹਿਓ ਆਖਰੀ ਧਾਰਨਾ। ਗਰੇਵਾਲ ਸਾਹਿਬ ਹੋਣਾ ਤੋਂ ਆਪਾਂ ਫਿਰ ਸਿੱਖ ਕੌਮ ਜੈਸਾ ਇਤਿਹਾਸ ਕੋਈ ਹੋਣਾ ਨਹੀਂ, ਉਹ ਸੁਣਾਉਣਾ ਤੁਸੀਂ ਸਾਨੂੰ। ਸਤਿਗੁਰੂ ਗਰੀਬ ਨੂੰ ਆਏ ਕਿਰਪਾ ਕਰਨ। ਸਤਿਗੁਰੂ ਮਿਹਰ ਕਰਨ ਸੰਗਤ ਸਾਹਿਬ, ਆਪਾਂ ਤੁਹਾਡੇ ਨਾਲ ਸਾਰੇ ਇੱਥੇ ਸਰੋਤੇ ਆਏ ਨੇ, ਸਾਰੇ ਸਾਰੇ ਆਨੰਦ ਲੈਂਦੇ ਹਾਂ। ਮੀਰਾਂ ਬਾਈ ਦਾ ਇੱਕ ਗੀਤ ਆਪਾਂ ਕੀਤਾ ਸੀ, ਉਹ ਹੁਕਮ ਹੋਇਆ, ਬੋਲਿਓ ਸਾਰੇ ਪ੍ਰੇਮ ਨਾਲ। ਮਨ ਆਪਣੇ ਵਿੱਚ ਧਿਆਨ ਸਤਿਗੁਰ ਰਵਿਦਾਸ ਦਾ ਧਰਕੇ, ਮਨ ਆਪਣੇ ਵਿੱਚ ਧਿਆਨ ਸਤਿਗੁਰ ਰਵਿਦਾਸ ਦਾ ਧਰਕੇ, ਮਨ ਆਪਣੇ ਵਿੱਚ ਧਿਆਨ ਸਤਿਗੁਰ ਰਵਿਦਾਸ ਦਾ ਧਰਕੇ, ਮਨ ਆਪਣੇ ਵਿੱਚ ਧਿਆਨ ਸਤਿਗੁਰ ਰਵਿਦਾਸ ਦਾ ਧਰਕੇ। ਪੀ ਗਈ ਜ਼ਹਿਰ ਪਿਆਲਾ ਮੀਰਾ ਗੱਟ ਗੱਟ ਕਰਕੇ, 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 ਪੀ ਗਈ ਜ਼ਹਿਰ ਪਿਆਲਾ ਕੱਟ ਕੱਟ ਕਰਕੇ। ਗੁਰੂ ਮੇਰੇ ਨੇ ਰਵਿਦਾਸ ਜੀ ਮੈਂ ਉਹਨਾਂ ਦੀ ਦਾਸੀ, ਗੁਰੂ ਮੇਰੇ ਨੇ ਰਵਿਦਾਸ ਜੀ ਮੈਂ ਉਹਨਾਂ ਦੀ ਦਾਸੀ, ਉਹ ਮੇਰੇ ਕ੍ਰਿਸ਼ਨ ਮੁਰਾਰੀ ਨੇ ਕਾਂਸੀ ਸ਼ਹਿਰ ਦੇ ਵਾਸੀ, ਉਹ ਮੇਰੇ ਕ੍ਰਿਸ਼ਨ ਮੁਰਾਰੀ ਨੇ ਕਾਂਸੀ ਸ਼ਹਿਰ ਦੇ ਵਾਸੀ, ਮੈਂ ਆਪਣਾ ਸਭ ਕੁਛ ਬੈਠੀ ਗੋਬਿੰਦ ਦੇ ਲਈ ਹਰ ਕੇ, ਉਹ ਪੀ ਗਈ ਜ਼ਹਿਰ ਪਿਆਲਾ ਮੀਰਾ ਗੱਟ ਗੱਟ ਕਰਕੇ, ਪੀ ਗਈ ਜ਼ਹਿਰ ਪਿਆਲਾ ਮੀਰਾ ਗੱਟ ਗੱਟ ਕਰਕੇ, ਪੀ ਗਈ ਜ਼ਹਿਰ ਪਿਆਲਾ ਮੀਰਾ ਗੱਟ ਗੱਟ ਕਰਕੇ, ਪੀ ਗਈ ਜ਼ਹਿਰ ਪਿਆਲਾ ਮੀਰਾ ਗੱਟ ਗੱਟ ਕਰਕੇ। ਕਦੇ ਮੱਥਾ ਫਕੀਰਾਂ ਨਾਲ ਲਾਇਓ ਲੇਖਾ ਦੇਣਾ ਔਖਾ, 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 ਲੇਖਾ ਦੇਣਾ ਜੀ
ਹੋਜੂਗਾ ਲਿਖ ਦੇਣਾ ਜੀ ਓ ਔਖਾ ਹੋਜੂਗਾ ਸਤਨਾਮ 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 ਜੀ ਵਾਹਿਗੁਰੂ 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 ਜੀ ਕਦੇ ਮੱਥਾ ਨਾ ਫਕੀਰਾਂ ਨਾਲ ਲਾਇਓ ਲਿਖਾ ਦੇਣਾ ਔਖਾ ਹੋਜੂਗਾ ਕਦੇ ਮੱਥਾ ਨਾ ਫਕੀਰਾਂ ਜਿੱਦਣ ਜਿੱਦਣ ਅਸੀਂ ਮਿਲੇ ਨਾ ਸੰਗਾ ਸਾਹਿਬ ਨੂੰ ਇਹ ਮੈਨੂੰ ਕਹਿੰਦੇ ਵੀ ਮੈਂ ਕਿਹਾ ਤੁਸੀਂ ਇਹ ਕਲਾ ਸਿੱਖੀ ਕਿੱਥੋਂ ਹੈ ਇਹ ਕਹਿੰਦੇ ਬਾਬਾ ਜੀ ਭੁੱਗੀ ਭਾਅ ਜੀ ਆਪਣਾ ਪਿਓ ਹੈ ਮੇਰਾ ਗੁਰੂ ਹੈ ਉਹ ਸਰ ਸੰਗਤ ਜਿਹੜਾ ਆਪਣੇ ਗੁਰੂ ਪੀਰਾਂ ਮਹਾਂਪੁਰਸ਼ਾਂ ਨੂੰ ਯਾਦ ਰੱਖਦਾ ਹੈ ਭਾਵੇਂ ਕਿਸੇ ਫੀਲਡ 'ਚ ਹੋਵੇ ਉਹ ਨਹੀਂ ਕਦੇ ਮਾਰ ਖਾਂਦਾ ਜਦੋਂ ਵੀ ਅਸੀਂ ਇਹਨਾਂ ਨੂੰ ਮਿਲੇ ਹਾਂ ਇਹਨਾਂ ਨੇ ਬੜੀ ਇੱਜ਼ਤ ਦਿੱਤੀ ਹੈ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ ਹੈ ਮੇਰੇ ਵਰਗਾ ਕੀਰਤਨ ਪਤਾ ਹੀ ਨਹੀਂ ਕਿੰਨੇ ਕੁ ਲੋਕ ਕਰਦੇ ਨੇ ਪਰ ਇਹਦਾ ਰੱਬ ਦੇ ਪਿਆਰੇ ਮਹਾਂਪੁਰਸ਼ਾਂ ਦੀਆਂ ਬਖਸ਼ਿਸ਼ਾਂ ਨੇ ਜਿਹੜਾ ਲੱਖਾਂ ਲੋਕਾਂ 'ਚ ਉਹਨਾਂ ਨੇ ਲੈ ਆਉਂਦਾ ਆਪਣੇ ਅੱਲੇ ਭੁੱਲੇ ਥੋੜ੍ਹੀ ਸਾਡੇ ਕੁਛ ਜਦੋਂ ਕੋਈ ਕਾਮਲ ਮੁਰਸ਼ਦ ਮਿਲ ਜਾਏ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਸੰਗਾ ਸਾਹਿਬ ਤੁਹਾਡੇ ਵਾਸਤੇ ਤਾਂ ਇੱਕ ਘੁੱਗੀ ਸਾਹਿਬ ਏ ਇੱਕ ਮਹਾਂਪੁਰਸ਼ ਤੋਂ ਘੱਟ ਨਹੀਂ ਜਿਹਨਾਂ ਨੇ ਐਸੀ ਜ਼ਿੰਦਗੀ ਤੁਹਾਨੂੰ ਦਿੱਤੀ ਹੈ ਲੱਖਾਂ ਲੋਕਾਂ ਦੇ ਸਾਹਮਣੇ ਐਸੇ ਮਹਾਂਪੁਰਸ਼ ਐਸੇ ਉਸਤਾਦ ਲੋਕ ਐਸੇ ਆਰਟਿਸਟ ਲੋਕ ਸਾਡੇ ਸਦਾ ਚੜ੍ਹਦੀ ਕਲਾ 'ਚ ਰਹਿਣ ਔਰ ਇਹ ਚੇਤੇ ਰੱਖਿਓ ਘੁੱਗੀ ਭਾਅ ਜੀ ਸਮੇਂ ਬਦਲ ਜਾਂਦੇ ਨੇ ਜ਼ਮਾਨੇ ਬਦਲ ਜਾਂਦੇ ਨੇ ਤਰੀਕਾਂ ਬਦਲ ਜਾਂਦੀਆਂ ਨੇ ਪਰ ਜਿਹੜਾ ਸਮਾਂ ਤੁਸੀਂ ਇਹ ਰਿਕਾਰਡ ਕਰਤਾ ਨਾ ਇਹ ਅੱਜ ਤੋਂ 200 ਸਾਲ ਬਾਅਦ ਵੀ ਲੋਕੀ ਤੁਹਾਡੀਆਂ ਉਦਾਹਰਨਾਂ ਦਿਆ ਕਰਨਗੇ ਇਹ ਵੀ ਉਦਾਹਰਨਾਂ ਹੋਣਗੀਆਂ ਵੀ ਸੰਨ 2023 'ਚ ਇੱਕ ਮਸਤਾਨੇ ਫਿਲਮ ਆਈ ਸੀ ਇਹ ਵੀ ਰਿਕਾਰਡ ਅਸੀਂ ਤਾਂ ਭੁੱਲ ਜਾਂਦੇ ਹਾਂ ਕੈਮਰੇ ਕੱਲ੍ਹ ਨੂੰ ਹੋਣ ਨਾ ਹੋਣ ਪਰ ਉਸ ਨਿਰੰਕਾਰ ਦੀ ਜਿਹੜੀ ਇਹ ਗਲੋਬਲ ਦੀ ਰਿਕਾਰਡਿੰਗ ਹੈ ਨਾ ਇਹ ਹਜ਼ਾਰਾਂ ਜਨਮਾਂ ਬਾਅਦ ਤੁਸੀਂ ਕਿਤੇ ਮੈਡੀਟੇਸ਼ਨ 'ਚ ਬੈਠੋ ਉਹ ਜਦੋਂ ਭਗਤੀ ਕਰੀਦਾ ਪਿਛਲੇ ਪਤਾ ਹੀ ਨਹੀਂ ਕਿੰਨੇ ਕੁ ਜਨਮ ਨਿਕਲ ਜਾਂਦੇ ਫਿਰ ਪਤਾ ਲੱਗਦਾ ਆਹ ਜਿਹੜਾ ਸਮਾਂ ਰਿਕਾਰਡ ਹੋ ਗਿਆ ਜਦੋਂ ਮਰਜ਼ੀ ਵੇਖ ਸਕਦੇ ਹਾਂ ਪਰ ਤੁਸੀਂ ਇਕੱਲੇ ਸੰਗਾ ਸਾਹਿਬ ਨਹੀਂ ਪਤਾ ਨਹੀਂ ਤੁਸੀਂ ਕਿੰਨਿਆਂ ਕੁ ਦੀ ਜ਼ਿੰਦਗੀ ਸੁਧਾਰੀ ਹੈ ਮੈਂ ਆਪ ਨਾ ਮੈਂ ਚਾਰੇ ਵੇਦ ਪੜ੍ਹਿਆ ਨਾ ਮੈਂ ਕੁਰਾਨ ਨੂੰ ਗਾਇਆ ਬੁੱਲੇ ਸ਼ਾਹ ਮੈਨੂੰ ਮੁਰਸ਼ਦ ਮਿਲਿਆ ਮੈਂ ਤੇ ਐਵੇਂ ਗਿਆ ਬਖਸ਼ਾ ਸੁਣਿਓ ਪ੍ਰੇਮ ਨਾਲ ਸਾਰ ਇੱਕ ਰਮਤਾ ਜਿਹਾ ਜੋਗੀ ਮਿਲਿਆ ਇੱਕ ਰਮਤਾ ਜਿਹਾ ਜੋਗੀ ਮਿਲਿਆ ਜੀਵਨ ਬਣਾ ਗਿਆ ਰਮਤਾ ਜਿਹਾ ਜੋਗੀ 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 ਉਹ ਜ਼ਿੰਦਗੀ ਮੇਰੀ ਉਲਝ ਗਈ ਸੀ ਜ਼ਿੰਦਗੀ ਮੇਰੀ ਉਲਝ ਗਈ ਜ਼ਿੰਦਗੀ ਮੇਰੀ ਉਲਝ ਗਈ ਸੀ ਮੇਰੀ ਉਲਝ ਗਈ ਸੀ ਜ਼ਿੰਦਗੀ ਮੇਰੀ ਉਲਝ ਗਈ ਸੀ ਐਸੀ ਰੁਸ਼ਨ ਆ ਗਿਆ ਇੱਕ ਰਮਤਾ ਜਿਹਾ ਜੋਗੀ ਜੀਵਨ ਬਣਾ ਗਿਆ ਰਮਤਾ ਜਿਹਾ ਜੋਗੀ ਜੀਵਨ ਬਣਾ ਗਿਆ ਰਮਤਾ ਜਿਹਾ ਜੋਗੀ ਜੀਵਨ ਬਣਾ ਗਿਆ ਰਮਤਾ ਜਿਹਾ ਜੋਗੀ ਜਿਹੜੇ ਜਿਹੜੇ ਨਵੇਂ ਨੌਜਵਾਨ ਨੇ ਦੂਰ ਤੱਕ ਇੱਥੋਂ ਦੀ ਆਵਾਜ਼ ਜਾਣੀ ਸਾਰੀ ਇੰਡਸਟਰੀ ਇੱਥੇ ਬੈਠੀ ਹੈ ਇਹ ਕਲਾਕਾਰ ਭਰਾ ਜਿੰਨੇ ਵੀ ਨੇ ਜਥੇਦਾਰ ਦਾਦੂਵਾਲ ਸਾਹਿਬ ਸਾਡੇ ਸਾਰਿਆਂ ਦੇ ਵਿੱਚ ਬੈਠੇ ਨੇ
ਇਹਨਾਂ ਦਾ ਨਾਮ ਸਾਰਿਆਂ ਚੋਂ ਸਿੱਖ ਪੰਥ ਵਿੱਚ ਸੁਨਹਿਰੀ ਅੱਖਰਾਂ 'ਚ ਚਮਕਦਾ ਹੈ। ਪਰ ਇਹ ਜਥੇਦਾਰ ਦਾਦੂਵਾਲ ਸਾਹਿਬ ਇਸ ਗੱਲੋਂ ਨੇ ਵੀ ਇਹਨਾਂ ਨੇ ਚੋਲਾ ਪਾਇਆ, ਚੋਲੇ ਤਾਂ ਅਸੀਂ ਵੀ ਪਾਏ ਨੇ। ਜਿਹਨਾਂ ਵੇਲਿਆਂ 'ਚ ਦੇਹਧਾਰੀਆਂ ਦੀ, ਜਿਹਨਾਂ ਨੇ ਕਲਗੀਧਰ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਇਆ, ਉਹਨਾਂ ਬੰਦਿਆਂ ਦੀ, ਉਹਨਾਂ ਬੰਦਿਆਂ ਦਾ ਨਾਮ ਲੈਣ ਤੋਂ ਲੋਕ ਡਰਦੇ ਸੀ, ਉਹਨਾਂ ਵੇਲਿਆਂ 'ਚ ਇਹਨਾਂ ਨੇ ਆਪਣੇ 'ਤੇ ਮੁਕੱਦਮੇ ਚੱਲੇ ਨੇ, ਜੇਲ੍ਹਾਂ ਕੱਟੀਆਂ ਨੇ। ਜਿਹੜਾ ਸੰਘਰਸ਼ ਕਰਦਾ ਹੈ, ਜਿਹੜਾ ਇਸ ਮਾਰਗ 'ਤੇ ਚੱਲੇਗਾ, ਉਹ ਇਹ ਗੱਲ ਪੱਕੀ ਰੱਖ ਕੇ ਚੱਲੇ। ਸੰਗਤ ਸਾਹਿਬ ਕਹਿੰਦੇ ਮੈਨੂੰ ਘੂਗੀ ਭਾਈ ਨੇ ਕਹਿਣਾ ਵੀ ਤੂੰ ਚੱਲਦਾ ਰਹਿ ਬਸ, ਕੋਈ ਨਹੀਂ ਵਾਹਿਗੁਰੂ ਮਿਹਰ ਕਰਨਗੇ। ਪਰ ਅੱਜ ਸੰਗਤ ਸਾਹਿਬ ਆਹ ਲੈ ਮੈਂ ਆਖਰੀ ਧਾਰਨਾ ਪੜ੍ਹਦਾ, ਨਾਲ ਬੋਲ ਲਿਓ ਫਿਰ ਇੱਕ ਵਾਰੀ। ਸਦਾ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਸਦਾ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਸਦਾ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਸਦਾ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਸਦਾ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਜਿਹੜੇ ਸਿਰ ਚੁੱਕਣ ਨਾ ਦੇਵਣ, ਬੜੇ ਲੋਕ ਐਸੇ ਨੇ ਜਿਹੜੇ ਸਿਰ ਤਾਂ ਨਹੀਂ ਨਾ ਕਰਨ ਦਿੰਦੇ, ਇਹ ਵੀ ਸਮਾਂ ਆ ਜਾਂਦਾ ਹੁੰਦਾ। ਜਿਹੜੇ ਸਿਰ ਚੁੱਕਣ ਨਾ ਦੇਵਣ, ਕਦੇ ਆ ਸਿਰ ਚੁਕਾਉਂਦੇ ਨੇ। ਜਿਹੜੇ ਸਿਰ ਚੁੱਕਣ ਨਾ ਦੇਵਣ, ਕਦੇ ਆ ਸਿਰ ਚੁਕਾਉਂਦੇ ਨੇ। ਜਿਹੜੇ ਸਿਰ ਚੁੱਕਣ ਨਾ ਦੇਵਣ, ਕਦੇ ਆ ਸਿਰ ਚੁਕਾਉਂਦੇ ਜ਼ਮਾਨੇ ਬਦਲ ਜਾਂਦੇ ਨੇ। ਜ਼ਮਾਨੇ ਬਦਲ ਜਾਂਦੇ ਨੇ, ਜ਼ਮਾਨੇ ਬਦਲ ਜਾਂਦੇ। ਸਦਾ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਸਦਾ ਇੱਕ ਸਾਰ ਜ਼ਮਾਨੇ ਬਦਲ ਜਾਂਦੇ, ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ। ਸਦਾ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ। ਨਾਨਕ ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰ ਕਰਨ। ਇਸੇ ਤਰ੍ਹਾਂ ਇਸ ਪਰਿਵਾਰ 'ਤੇ ਆਪਣਾ ਮੇਰਾ ਭਰਿਆ ਹੱਥ ਸਤਿਗੁਰੂ ਰੱਖਦੇ ਰਹਿਣ। ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰ ਕਰਨ। ਆਪਾਂ ਗਰੇਵਾਲ ਸਾਹਿਬ ਤੋਂ ਸੁਣਦੇ ਹਾਂ, ਸਿੱਖ ਕੌਮ ਜੈਸਾ ਇਤਿਹਾਸ ਕੋਈ ਹੋਣਾ। ਲੈ ਮੈਂ ਕੀ ਆ ਆਖਰੀ ਸੁਣਾਉਂਦਾ, ਕਿਉਂਕਿ ਧਾਰਨਾ ਬਹੁਤ ਨੇ, ਗੀਤ ਬਹੁਤ ਨੇ। ਵੇਖੋ ਸਤਿਗੁਰੂ ਜੀ ਦੀ ਕਿਰਪਾ ਨਾਲੇ ਮੇਰੇ ਹਿੱਸੇ ਆਇਆ। ਸਾਰੀ ਇੰਡਸਟਰੀ ਜਿੰਨੇ, ਨਿੱਕੂ ਭਾਈ ਤੋਂ ਲੈ ਕੇ ਗਿੱਪੀ ਗਰੇਵਾਲ ਸਾਹਿਬ, ਕਰਮਜੀਤ ਅਨਮੋਲ, ਜਿੰਨੇ ਵੀ ਨੇ, ਕਮਲ ਖਾਨ ਸਾਹਿਬ, ਮਾਸ਼ਾ ਅਲੀ ਸਾਹਿਬ, ਸਾਰੇ ਮੈਨੂੰ ਬਹੁਤ ਪਿਆਰ ਕਰਦੇ। ਸਾਰੀਆਂ ਸਤਰਾਂ ਨੂੰ ਤੁਸੀਂ, ਅੱਜ ਸਵੇਰੇ ਜਦੋਂ ਅਸੀਂ ਦੀਵਾਨ ਤੋਂ ਆਉਂਦੇ ਸੀ, ਇੱਕ ਦੋ ਰੋਟੀਆਂ ਗੀਤ ਆਇਆ ਆਪਣਾ। ਮੈਂ ਜਦੋਂ ਉੱਠਿਆ ਤਾਂ ਮੈਂ ਵੇਖਿਆ ਗੁਰਦਾਸ ਮਾਨ ਸਾਹਿਬ ਨੇ ਉਹ ਦੁਆਵਾਂ ਭੇਜੀਆਂ ਹੋਈਆਂ ਅਤੇ ਦਿਲ ਬਾਗੋ ਬਾਗ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ। ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ। ਲੈ ਇੱਕੋ ਧਾਰਨਾ ਪੜ੍ਹਦਾ, ਚਾਚਾ ਰੌਣਕੀ ਰਾਮ ਜੀ ਉਹ ਵੀ ਆਏ ਨੇ। ਇਹ ਸਾਰਾ ਰੌਣਕਾਂ ਵਾਲਾ ਹੀ ਪਰਿਵਾਰ ਇੱਥੇ ਇਕੱਠਾ ਹੋਇਆ। ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰ ਕਰਨ। ਮਾਪੇ ਤੁਰ ਗਏ, ਹਾਂਜੀ ਹਾਂਜੀ, ਗੱਲ ਹੀ ਨਹੀਂ ਮਾਰੇ। ਹੱਥ ਸਿਰ ਤੋਂ ਉੱਠਿਆ ਬਾਪੂ ਦਾ, ਛਾਵਾਂ ਨਾ ਜੁੜੀਆਂ। ਉਹ ਕਿੱਥੋਂ ਲੱਭ ਲਿਆ ਵਾਂ ਅੰਮੜੀ ਰਾਵਾਂ ਨਾ ਮਿਲੀਆਂ। ਹੱਥ ਸਿਰ ਤੋਂ ਉੱਠਿਆ ਬਾਪੂ ਦਾ, ਛਾਵਾਂ ਨਾ ਜੁੜੀਆਂ।
ओ कितों लभ लिया वा मडीराव हर रिश्ते नालों टुट के हर रिश्ते नालों टुट के दुखां संग जुड़ गए जद लगे करन कमाइया सी उदो मापे ही तुर गए जद लगे करन कमाइया सी उदो मापे ही तुर गए असी रुलदे रुलदे पहुंचे विच परदेसां फिर हंजू बन के डुब गए चढ़दे सूरज लेखां दे हर रिश्ते नालों टुट के दुखां संग जुड़ गए जदों लगे करन कमाइयां सी उदों मापे ही तुर गए ਇਸੇ ਕਰਕੇ ਮੈਂ ਬੇਨਤੀ ਕਰਦਾ ਹੁੰਦਾ ਜਿੰਨਾ ਚਿਰ ਮਾਪੇ ਹਨ ਮਾਤਾ ਪਿਤਾ ਹਨ ਰੱਜ ਰੱਜ ਕੇ ਸੇਵਾ ਕਰਿਆ ਕਰੋ ਮਾਂ ਚਲੀ ਗਈ ਮੁੜ ਕੇ ਮਾਂ ਨਹੀਂ ਲੱਭਣੀ ਪਿਓ ਚਲਿਆ ਗਿਆ ਮੁੜ ਕੇ ਪਿਓ ਨਹੀਂ ਲੱਭਣਾ ਇੱਕ ਮਾਂ ਦਾ ਅਤੇ ਇੱਕ ਪਿਓ ਦਾ ਘਾਟਾ ਜਦੋਂ ਪੈਂਦਾ ਨਾ ਦੁਨੀਆਂ ਦਾ ਕੋਈ ਪਦਾਰਥ ਕੋਈ ਧਨ ਦੌਲਤ ਮਾਂ ਪਿਓ ਦਾ ਘਾਟਾ ਨਹੀਂ ਪੂਰਾ ਕਰ ਸਕਦਾ ਜੇ ਮਾਂ ਹੁੰਦੀ ਅੱਜ ਜਾਂਦੀ ओ पुछदी हाल मेरा अपने नालों बद के रखदी ख्याल मेरा जे मां हुंदी अज जांदी कोई साडे तो गलती हो जाए ना जिंदगी च लोकी कहणगे दफा करो यार इहनू देश निकाला दिओ इहनू बुलाउणा नहीं इह तां कुराइया है ਇਹ ਗੁਨਾਹੀ ਹੈ ਇੱਕੋ ਇੱਕ ਦਿਲ ਐਸਾ ਬਣਿਆ ਮਾਂ ਦਾ ਜਿੱਡੀਆਂ ਮਰਜ਼ੀ ਵੱਡੀਆਂ ਗਲਤੀਆਂ ਕਰਕੇ ਪੁੱਤ ਘਰ ਆ ਜਾਏ ਮਾਂ ਫਿਰ ਵੀ ਦਿਲ ਤੇ ਪਾ ਲੈਂਦੀ ਇਸੇ ਕਰਕੇ ਕਹੀਦਾ ਹੈ ਮਾਂ ਦਾ ਦਿਲ ਹੀ ਪੁੱਤ ਦੇ ਔਗਣ ਜਰ ਸਕਦਾ ਮਾਵਾਂ ਵਾਂਗੂ ਕੌਣ ਮਾਫ ਹੈ ਕਰ ਸਕਦਾ ਨਦੀ ਨੈਣਾ ਚੋਂ ਹੰਝੂਆਂ ਦੀ ਫਿਰ ਵਗਦੀ ਹੈ ਮਾਵਾਂ ਬਾਜੋਂ ਦੁਨੀਆ ਸੁੰਨੀ ਲੱਗਦੀ ਰੋਂਦਿਆਂ ਵੇਖ ਸ਼ਰੀਕ ਵੀ ਬੂ ਢੋ ਲੈਂਦੇ ਬਿਨ ਮਾਵਾਂ ਦੇ ਕਾਵੀ ਟੁਕੜੇ ਖੋ ਲੈਂਦੇ ਬਿਨ ਮਾਵਾਂ ਦੇ ਕਾਵੀ ਟੁਕੜੇ ਖੋ ਆਓ ਸਤਸੰਗ ਜੀ ਇੰਨੀ ਕੁ ਸੇਵਾ ਤੁਸੀਂ ਪ੍ਰਵਾਨ ਕਰਨੀ ਬੋਲਦਿਆਂ ਕੋਲੋਂ ਬਹੁਤ ਭੁੱਲਾਂ ਹੋ ਜਾਂਦੀਆਂ ਨੇ ਗਲਤੀਆਂ ਹੋਣੀਆਂ ਸੁਭਾਵਿਕ ਹਨ ਗੁਰੂ ਕੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਲੈਣ ਗਰੇਵਾਲ ਸਾਹਿਬ ਤੋਂ ਸੁਣ ਲਈਏ ਮਹਾਰਾਜ ਸੁਣਾ ਦਿਓ ਸਾਜ ਅਸੀਂ ਵੀ ਜ਼ਿਆਦਾ ਨਹੀਂ ਹੁੰਦੇ ਨੇ ਸਾਨੂੰ ਵਜਾਉਣੇ ਆਉਂਦੇ ਨੇ ਸਿੱਖ ਕੌਮ ਜੈਸਾ ਇਤਿਹਾਸ ਕੋਈ ਹੋਣਾ ਆ ਜਾਓ ਅੱਛਾ ਵਾਹਿਗੁਰੂ ਮਿਹਰ ਕਰਨ ਜੇ ਸੁਣਾ ਦਿੰਦੇ ਦਾਦੂਵਾਲ ਸਾਹਿਬ ਬੈਠੇ ਨੇ ਖੁਸ਼ ਹੋਣਾ ਸੀ ਇਹਨਾਂ ਦਾ ਅੱਛਾ ਦੁਨੀਆਂ 'ਚ ਭਾਵੇਂ ਇਤਿਹਾਸ ਕੋਈ ਖੋਲ ਵੇਖੋ ਸਿੱਖ ਕੌਮ ਜੈਸਾ ਇਤਿਹਾਸ ਕੋਈ ਹੋਣਾ ਦੋ ਲੈਣਾ ਹੀ ਸੁਣਾ ਦਿਓ ਜੀ ਆ ਜਾਓ ਇੱਥੇ ਹੀ ਖੜ੍ਹ ਜਾਓ ਪਵਾਰ ਸਾਹਿਬ ਮੈਂ ਕਦੇ ਗਰੇਵਾਲ ਸਾਹਿਬ ਕਿਆ ਸੀਨ ਇਹਨਾਂ ਨੇ ਬੰਨਿਆ ਸੀ ਉਸ ਗੀਤ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਕਲਗੀਧਰ ਸੱਚੇ ਪਾਤਸ਼ਾਹ ਤੱਕ ਬਹੁਤ ਸੋਹਣੀਆਂ ਸਤਰਾਂ ਨਹੀਂ ਤੁਸੀਂ ਹਾਂਜੀ ਆਹੀ ਆ ਲਓ ਧੰਨ ਧੰਨ ਸ੍ਰੀ ਗੁਰੂ
ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠੀ ਗੁਰੂ ਰੂਪ ਸਾਧ ਸੰਗਤ ਕਰੋ ਰਸਨਾ ਪਵਿੱਤਰ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸੰਗਤ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ। ਵੈਸੇ ਬੜਾ ਆਨੰਦ ਆ ਰਿਹਾ ਸੀ, ਬਾਬਾ ਜੀ ਨੇ ਐਵੇਂ ਮੈਨੂੰ ਮੈਂ ਤਾਂ ਹੀ ਮੈਂ ਮਨਾ ਵੀ ਕਰ ਰਿਹਾ ਸੀ ਬਾਰ ਬਾਰ, ਕਿਉਂਕਿ ਬੜੀ ਧੁੰਨ ਲੱਗੀ ਹੋਈ ਸੀ, ਇਹ ਇੰਨਾ ਅੱਛਾ ਕਰ ਰਹੇ। ਦੇਖੋ ਕੀਰਤਨੀਆਂ ਉਹੀ ਜਾਂ ਕਥਾਵਾਚਕ ਉਹੀ ਜਿਹੜਾ ਤੁਹਾਨੂੰ ਤੁਹਾਡੇ ਨਾਲ ਜੋੜੇ, ਤੁਹਾਡੀ ਪਛਾਣ ਕਰਾ ਦੇਵੇ। ਮੈਂ ਤਾਂ ਹਲੇ ਮੇਰਾ ਖਿਆਲ 5-7 ਮਿੰਟ ਹੀ ਹੋਏ ਆ, ਪਰ ਤੁਹਾਡੀਆਂ ਜੋ ਤੁਸੀਂ ਬੋਲ ਰਹੇ ਸੀ ਉਹ ਮੇਰੀ ਜ਼ਿੰਦਗੀ ਦੇ ਕਾਫੀ ਪਲ ਉਹਦੇ ਨਾਲ ਮੇਰੇ ਮਤਲਬ ਘੁੰਮ ਗਏ ਮੇਰੇ ਦਿਮਾਗ ਦੇ ਵਿੱਚੋਂ। ਪਹਿਲਾਂ ਰਮਤਾ ਜੋਗੀ ਵਾਲੀ ਗੱਲ ਹੋਈ, ਜਿਵੇਂ ਘੁੱਗੀ ਭਾਅ ਜੀ ਦੀ ਗੱਲ ਕੀਤੀ, ਕਿਉਂਕਿ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਇਨਸਾਨ ਇਹੋ ਜਿਹਾ ਹੁੰਦਾ ਜਿਹੜਾ ਬਾਂਹ ਫੜ ਕੇ ਤੁਹਾਨੂੰ ਅੱਗੇ ਕਰਕੇ ਬਾਅਦ 'ਚ ਕਾਫਲੇ ਬਹੁਤ ਵੱਡੇ ਬਣ ਜਾਂਦੇ ਆ। ਸੋ ਮੇਰੀਆਂ ਅੱਖਾਂ 'ਚ ਹੰਝੂ ਹੀ ਆਉਣ ਲੱਗੇ ਸੀ, ਮੈਨੂੰ ਜੱਸੋਵਾਲ ਸਾਹਿਬ ਯਾਦ ਆ ਗਏ, ਕਿਉਂਕਿ ਸਾਡਾ ਵੀ ਕੋਈ ਲੈਣਾ ਦੇਣਾ ਇਸ ਲਾਈਨ 'ਚ ਹੈ ਨਹੀਂ ਸੀ। ਉਹਨਾਂ ਨੇ ਬਾਂਹ ਫੜ ਕੇ ਮੈਨੂੰ ਪਰਿਵਾਰ 'ਚੋਂ ਤੋਰਿਆ। ਦੂਜੀ ਗੱਲ ਹੋਈ ਜਿਹੜੀ, ਇਹ ਕਹਿੰਦੇ ਵੀ ਸਿਰ ਝੁਕਾਉਂਦੇ ਨੇ ਬਾਅਦ 'ਚ, ਪਹਿਲਾਂ ਸਿਰ ਚੱਕਣ ਨਹੀਂ ਦਿੰਦੇ, ਕਿਉਂਕਿ ਅਸੀਂ ਵੀ ਨਗਰ ਕੀਰਤਨ ਦੇ ਮਗਰ ਮਗਰ ਕਈ ਵਾਰੀ ਪਿੰਡ 'ਚ ਸਾਰਾ ਦਿਨ ਹੀ ਗੇੜੇ ਕੱਢੀ ਜਾਂਦੇ ਸੀ ਵੀ ਸ਼ਾਇਦ ਇਸ ਪੜਾਅ 'ਤੇ ਟਾਈਮ ਦੇ ਦੇਣਗੇ। ਉਹ ਜਾਨੂੰ ਕਹਿ ਦਿੰਦੇ ਸੀ ਨਗਰ ਕੀਰਤਨ ਦੀ ਰਵਾਨਗੀ ਹੈ, ਚਲੋ ਅਗਲੇ, ਅਤੇ ਫਿਰ ਪਿੱਛੇ ਪਿੱਛੇ ਤੁਰੇ ਫਿਰਨਾ। ਔਰ ਘੁੱਗੀ ਭਾਅ ਜੀ ਇੱਕ ਦਿਨ ਇਹੋ ਜਿਹਾ ਵੀ ਆਇਆ ਵੀ ਮੈਂ ਦੂਸਰੇ ਦਿਨ ਨਗਰ ਕੀਰਤਨ ਤੋਂ ਭੋਗ ਪੈਂਦੇ ਹੁੰਦੇ ਆ ਗੁਰਦੁਆਰਾ ਸਾਹਿਬ 'ਚ, ਦਾਦੂਵਾਲ ਸਾਹਿਬ ਮੈਂ ਬਾਹਰ ਜੋੜੇ ਖੋਲ੍ਹ ਰਿਹਾ ਸੀ, ਉਹ ਪਤਾ ਨਹੀਂ ਸੈਕਟਰੀ ਸੀ ਸਾਡੇ ਪਿੰਡ ਦਾ ਗੁਰਦੁਆਰੇ ਦਾ ਜਾਂ ਕੁਛ ਵੀ, ਉਹ ਮੈਨੂੰ ਬਾਹਰ ਕਹਿੰਦਾ ਵੀ ਅੱਜ ਤਾਂ ਟਾਈਮ ਹੈ ਨਹੀਂ। ਔਰ ਮੇਰੇ ਵਾਕਈ ਅੱਖਾਂ 'ਚ ਪਾਣੀ ਆ ਗਿਆ, ਮੈਂ ਕਿਹਾ ਯਾਰ ਇਹ ਕਿਹੜੇ ਕੰਮ 'ਚ ਪੈ ਗਿਆ, ਆਪਾਂ ਨੂੰ ਤਾਂ ਮੱਥਾ ਟੇਕਣਾ ਹੀ ਔਖਾ ਹੋ ਗਿਆ, ਮੈਂ ਤਾਂ ਟਾਈਮ ਇਹ ਤੋਂ ਮੰਗਿਆ ਨਹੀਂ, ਹਾਂਜੀ ਇਹਨੇ ਤਾਂ ਪਹਿਲਾਂ ਹੀ ਕਹਿ ਤਾ ਟਾਈਮ ਹੈ ਨਹੀਂ, ਮੈਂ ਤਾਂ ਹਾਲੇ ਬਾਹਰ ਹੀ ਹਾਂ। ਸੋ ਉਹ ਵਕਤ ਖੈਰ ਉਹੀ ਬੰਦੇ ਬਾਅਦ 'ਚ ਫਿਰ ਬੁਕਿੰਗਾਂ ਕਰਨ ਵੀ ਆਏ, ਉਹੀ ਜਿਹੜੀ ਤੁਸੀਂ ਗੱਲ ਕੀਤੀ, ਜਿਹੜੇ ਸਿਰ ਚੱਕਣ ਨਹੀਂ ਦਿੰਦੇ ਬਾਅਦ 'ਚ ਸਿਰ ਝੁਕਾਉਂਦੇ ਨੇ, ਔਰ ਜਿਹੜੇ ਲੱਤਾਂ ਖਿੱਚਣ ਵਾਲੇ ਹੁੰਦੇ ਆ ਉਹ ਸਭ ਤੋਂ ਪਹਿਲਾਂ ਆਉਂਦੇ ਆ ਫਿਰ ਸਿਫਾਰਿਸ਼ਾਂ ਕਰਨ, ਫਿਰ ਉਹ ਕਹਿੰਦੇ ਸਾਡਾ ਹੀ ਮੁੰਡਾ ਇਹ। ਲਓ ਮੈਂ ਕੋਸ਼ਿਸ਼ ਕਰ ਲੈਂਦਾ, ਹੈ ਮੇਰੇ ਲਈ ਔਖਾ। ਹੁਣ ਤੁਸੀਂ ਨਾਲ ਗਾਓਗੇ ਕਿਉਂਕਿ ਤੁਹਾਡੇ ਵਰਗਾ ਨਹੀਂ ਮੈਥੋਂ ਗਾ ਹੋਣਾ। ਕਿਉਂਕਿ ਸਿੱਖੀ ਇਹੋ ਜਿਹਾ ਧਰਮ ਆ ਕਿ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ, ਕਿੰਨਾ ਖੂਨ ਸ਼ਹੀਦਾਂ ਦਾ ਜਿਹੜਾ ਨਿਉਆਂ ਦੇ ਵਿੱਚ ਡੁੱਲਿਆ, ਜਿਹੜੇ ਗਿਣੇ ਹੀ ਨਹੀਂ ਜਾ ਸਕਦੇ। ਫਿਰ ਵੀ ਇਹ ਛੋਟੀ ਜਿਹੀ ਕੋਸ਼ਿਸ਼ ਹੈ ਇਸ ਗੀਤ ਦੇ ਵਿੱਚ, ਮੈਂ ਕੋਸ਼ਿਸ਼ ਕਰਦਾ, ਬਾਬਾ ਜੀ ਨੇ ਹੁਕਮ ਤਾਂ ਲਾਤਾ। ਕਿ ਦੁਨੀਆਂ ਦੇ ਸਾਰੇ ਇਤਿਹਾਸ ਭਾਵੇਂ ਫੋਲ ਵੇਖੋ, ਸਿੱਖ ਕੌਮ ਜੈਸਾ ਇਤਿਹਾਸ ਕੋਈ ਹੋਣਾ ਨਹੀਂ। ਸੱਚੀ ਗੱਲ ਆਖੂ ਬਾਬੇ ਨਾਨਕ ਤੋਂ ਵੱਧ ਕਿਹੜਾ, ਭਾਈ ਲੈਣੇ ਵਾਂਗੂ ਕਿਸੇ ਹੁਕਮ ਬਜਾਉਣਾ ਨਹੀਂ। ਪੰਜਵੇਂ ਗੁਰੂ ਤੋਂ ਵੱਧ ਪਾਣਾ ਕਿਸੇ ਮੰਨਣਾ ਨਹੀਂ, ਹਰ ਕ੍ਰਿਸ਼ਨ ਵਾਂਗੂ ਪਾਠ ਗੂੰਗੇ ਤੋਂ ਕਰਾਉਣਾ ਨਹੀਂ। ਤੇ ਸਿੱਖੀ ਦਾ ਜਹਾਜ਼ ਕਿਸੇ ਮੋਢਾ ਲਾ ਕੇ ਤਾਰਿਆ ਨਹੀਂ, ਨੌਵੇਂ ਗੁਰੂ ਵਾਂਗੂ ਕਿਸੇ ਧਰਮ ਬਚਾਉਣਾ ਨਹੀਂ, ਨੌਵੇਂ ਗੁਰੂ ਵਾਂਗੂ ਕਿਸੇ ਧਰਮ ਬਚਾਉਣਾ ਨਹੀਂ। ਬੜੀ ਤੁਹਾਡੀ ਮਿਹਰਬਾਨੀ, ਔਰ ਬਹੁਤ ਆਨੰਦ ਆ ਰਿਹਾ ਸੱਚੀ। ਮੈਂ ਕਹਿੰਦਾ ਹੁਣ ਤੁਸੀਂ ਥੋੜ੍ਹਾ ਜਿਹਾ ਹੋਰ, ਜੇ 10 ਮਿੰਟ ਹੋਰ ਅਸੀਂ ਸੁਣ ਲਈਏ, ਕਿਉਂਕਿ ਮਨ ਨਹੀਂ ਭਰਦਾ ਤੁਹਾਨੂੰ ਦੇਖ ਕੇ। ਔਰ ਬਹੁਤ ਬਹੁਤ ਸੰਗਤ ਸਾਹਿਬ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ, ਬਾਬਾ ਚੜ੍ਹਦੀਆਂ ਕਲਾਂ ਚ ਬਹੁਤ ਬਹੁਤ ਧੰਨਵਾਦ ਗਰੇਵਾਲ ਸਭ ਹੁਣਾਂ ਦਾ। ਦੇਖੋ ਜਦੋਂ ਸਾਰੇ ਆਪਾਂ ਜੁੜ ਕੇ ਬਹਿੰਦੇ ਹਾਂ ਤਾਂ ਫਿਰ ਕੈਸਾ ਮਾਹੌਲ ਬਣਦਾ ਹੈ। ਸਾਡੇ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ, ਉਹ ਆਪ ਸਾਰੀਆਂ ਸੰਗਤਾਂ ਨੂੰ ਹੁਣ ਨਿਹਾਲ ਕਰਨਗੇ, ਉਦੋਂ ਬਾਅਦ ਫਿਰ ਆਪਾਂ ਨਾਮ ਸਾਹਿਬ ਪੜ੍ਹਾਂਗੇ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਿਹਰ ਕਰਨ, ਬਹੁਤ ਕੌਮ ਦੇ ਨੁਮਾਇੰਦੇ ਚਿਹਰੇ, ਸਤਿਗੁਰੂ ਜੀ ਦੀ ਬੜੀ ਕਿਰਪਾ ਹੈ। ਔਰ ਸਾਰੀ ਇੰਡਸਟਰੀ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ, 18 ਫਰਵਰੀ ਨੂੰ ਦਾਦੂ ਸਾਹਿਬ
ਲੋੜਵੰਦ ਬੱਚੀਆਂ ਦੇ ਵਿਆਹ ਆਨੰਦ ਕਾਰਜ ਰੱਖੇ ਨੇ, ਤੁਸੀਂ ਸਾਰਿਆਂ ਨੇ ਉੱਥੇ ਵੀ ਦਰਸ਼ਨ ਦੇਣੇ ਨੇ, ਅਤੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਿਹਰ ਕਰਨ ਆਪ ਜੀ ਨਾਲ ਮਹਾਂਪੁਰਸ਼ ਵਿਚਾਰ ਸਾਂਝੇ ਕਰਨਗੇ। ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਗੁਰਦਾ ਗੱਦੀ ਉੱਪਰ ਸੁਭਾਇਮਾਨ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਸਰਕਾਰੇ ਕੁਲ ਆਲਮ ਹਜ਼ੂਰੇ ਅਨਵਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਬੜੇ ਅਦਬ ਸਤਿਕਾਰ ਦੇ ਨਾਲ ਜੁੜ ਬੈਠੇ ਆਓ ਸਾਰੇ ਸਮੂਹ ਗੁਰੂ ਪਿਆਰਿਓ ਸਤਿਗੁਰਾਂ ਦੀ ਬਖਸ਼ੀ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਮਾਈ ਭਾਈ ਸਤਿਗੁਰਾਂ ਨੂੰ ਸੀਸ ਝੁਕਾ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਅਪਾਰ ਬਖਸ਼ਿਸ਼ ਰਹਿਮਤ ਸਤਿਗੁਰ ਦੀ ਹੋਈ ਹੈ ਕਿ ਸਾਡੇ ਸਾਰਿਆਂ ਦੇ ਪਿਆਰੇ ਸਰਦਾਰ ਹਰਬਿਲਾਸ ਸਿੰਘ ਸੰਘਾ, ਜਿਨ੍ਹਾਂ ਨੂੰ ਹਰਬੀ ਸੰਘਾ ਦੇ ਨਾਂ ਨਾਲ ਅਸੀਂ ਯਾਦ ਕਰਦੇ ਹਾਂ, ਸਤਿਗੁਰ ਨੇ ਰਹਿਮਤਾਂ ਕੀਤੀਆਂ ਨੇ, ਰਹਿਣ ਬਸੇਰੇ ਦੀ ਬਖਸ਼ਿਸ਼ ਕੀਤੀ ਆ, ਉਹਨਾਂ ਨੇ ਆਪਣੀ ਮਿਹਨਤ ਮੁਸ਼ੱਕਤ ਦੇ ਨਾਲ ਜੋ ਰਹਿਣ ਬਸੇਰਾ ਬਣਾਇਆ ਅਤੇ ਉਹਦੇ ਉਦਘਾਟਨ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਗੁਰਬਾਣੀ ਦੇ ਕੀਰਤਨ ਅਤੇ ਆਪ ਸਾਰੇ ਰਿਸ਼ਤੇਦਾਰ ਸੱਜਣਾ ਮਿੱਤਰਾਂ ਸਾਕ ਸੰਬੰਧੀਆਂ ਨੂੰ ਇੱਥੇ ਆਮੰਤ੍ਰਿਤ ਕੀਤਾ। ਸੋ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਹੈ, ਮੈਂ ਸਾਰਿਆਂ ਦੇ ਵੱਲੋਂ ਹੀ, ਕਿਉਂਕਿ ਸਤਿਗੁਰ ਦੀ ਬਖਸ਼ਿਸ਼ ਅਨੁਸਾਰ ਪੂਤਾ ਮਾਤਾ ਕੀ ਅਸੀਸ ਨਿਮਖਣਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਸਾਰਿਆਂ ਦੇ ਵੱਲੋਂ ਸਰਦਾਰ ਹਰਬਿਲਾਸ ਸਿੰਘ ਜੀ ਸੰਘਾ ਉਹਨਾਂ ਦੇ ਸਾਰੇ ਪਰਿਵਾਰ ਨੂੰ ਇਸ ਨਵੇਂ ਰਹਿਣ ਬਸੇਰੇ ਦੀਆਂ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਦੇਣਾ ਕਿ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰੇ ਸਾਰੇ ਪਰਿਵਾਰ ਨੂੰ, ਸਤਿਗੁਰ ਤੰਦਰੁਸਤੀ ਬਖਸ਼ੇ, ਗੁਰੂ ਘਰ ਦੀ ਸੇਵਾ, ਮਨੁੱਖਤਾ ਦੀ ਸੇਵਾ, ਦੇਸ਼ ਕੌਮ ਧਰਮ ਦੀ ਸੇਵਾ, ਸਮਾਜ ਦੀ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਔਰ ਇਹ ਦਿਨ ਰਾਤ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਨੇ ਗੁਰੂ ਦੇ ਚਰਨਾਂ 'ਚ ਅਰਦਾਸ ਹੈ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਬਹੁਤੀਆਂ ਲੰਬੀਆਂ ਵਿਚਾਰਾਂ ਕੀਤੀਆਂ ਜਾਣ। ਬੜੇ ਪਿਆਰ ਨਾਲ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਉਹਨਾਂ ਪਾਸੋਂ ਆਪ ਜੀ ਕਥਾ ਕੀਰਤਨ ਸਰਵਣ ਕਰ ਰਹੇ ਹੋ। ਗਰੇਵਾਲ ਸਾਹਿਬ ਨੇ ਵੀ ਇਤਿਹਾਸ ਦੀਆਂ ਸਤਰਾਂ ਸਾਂਝੀਆਂ ਕੀਤੀਆਂ ਨੇ ਔਰ ਇੰਨੇ ਇੰਡਸਟਰੀ ਦੇ ਨਾਲ ਜੁੜੇ ਹੋਏ ਸੱਜਣ ਇੱਥੇ ਪਹੁੰਚੇ ਹੋਏ ਆ, ਜਿਵੇਂ ਜ਼ਿਕਰ ਕੀਤਾ ਸਰਦਾਰ ਗੁਰਪ੍ਰੀਤ ਸਿੰਘ ਜੀ ਵੜੈਚ ਸਾਹਿਬ, ਜਿਨ੍ਹਾਂ ਨੂੰ ਅਸੀਂ ਘੁੱਗੀ ਜੀ ਦੇ ਨਾਂ ਨਾਲ ਯਾਦ ਕਰਦੇ ਹਾਂ, ਔਰ ਇਸੇ ਤਰ੍ਹਾਂ ਚਾਚਾ ਰੌਣਕੀ ਰਾਮ ਜੀ ਔਰ ਦੇਵੀ ਮਖਸੂਸਪੁਰੀ ਜੀ, ਹੋਰ ਬਹੁਤ ਸਾਰੇ ਮੈਂ ਦੇਖ ਰਿਹਾ, ਜੇ ਨਾਂ ਲਵਾਂ ਤਾਂ ਬਹੁਤ ਸਮਾਂ ਲੱਗ ਜਾਵੇ, ਜੇ ਇਹਨਾਂ ਸਾਰਿਆਂ ਕੋਲ ਸੁਣ ਲੱਗੀਏ ਤਾਂ ਮੈਂ ਸਮਝਦਾ ਕਿ ਸ਼ਾਮਾਂ ਪੈ ਜਾਣੀਆਂ ਨੇ। ਇਸੇ ਤਰ੍ਹਾਂ ਗੁਰੂ ਕੇ ਕੀਰਤਨੀਏ ਬੈਠੇ ਆ ਜਿਨ੍ਹਾਂ ਦਾ ਸੰਘਾ ਸਾਹਿਬ ਨਾਲ ਪਿਆਰ ਹੈ। ਸੋ ਸਾਰੇ ਹੀ ਆਪੋ ਆਪਣੇ ਖੇਤਰ ਦੇ ਅੰਦਰ ਬਹੁਤ ਵੱਡਾ ਨਾਮ ਕਮਾਇਆ ਇਹਨਾਂ ਨੇ, ਬਹੁਤ ਵੱਡੀਆਂ ਸੇਵਾਵਾਂ ਸਮਾਜ ਦੇ ਵੱਖ ਵੱਖ ਖੇਤਰਾਂ 'ਚ ਕਰ ਰਹੇ ਆ, ਚਾਹੇ ਉਹ ਗਾਇਕੀ ਦੇ ਖੇਤਰ ਵਿੱਚ ਆ, ਕਮੇਡੀ ਦੇ ਖੇਤਰ 'ਚ ਆ, ਫਿਲਮ ਇੰਡਸਟਰੀ ਦੇ ਖੇਤਰ ਵਿੱਚ, ਚਾਹੇ ਧਾਰਮਿਕ ਸਮਾਜਿਕ ਖੇਤਰ ਦੇ ਅੰਦਰ। ਸੋ ਸਾਰੇ ਹੀ ਬਹੁਤ ਸਤਿਕਾਰਯੋਗ ਹੈ। ਸੰਤ ਰਣਜੀਤ ਸਿੰਘ ਜੀ ਆਏ ਬੈਠੇ ਨੇ ਹੁਸ਼ਿਆਰਪੁਰ ਤੋਂ ਚੱਲ ਕੇ, ਹੋਰ ਬਹੁਤ ਸਾਰੇ ਗੁਰਮੁਖ ਪਿਆਰੇ। ਸੋ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ 'ਚੋਂ ਪਰਿਵਾਰ ਵੱਲੋਂ ਜੀ ਆਇਆਂ ਧੰਨਵਾਦ। ਮੈਂ ਬੇਨਤੀ ਕਰੂੰਗਾ ਕਿ ਹੁਣ ਅਨੰਦ ਸਾਹਿਬ ਦਾ ਪਾਠ ਉਪਰੰਤ ਅਰਦਾਸ ਬੇਨਤੀ ਮੁੱਖ ਵਾਕ ਸਤਿਗੁਰਾਂ ਦੇ ਅਸੀਂ ਸਰਵਣ ਕਰਨੇ ਹੈ। ਗੁਰੂ ਕਾ ਲੰਗਰ ਤਿਆਰ ਹੈ। ਪਰਿਵਾਰ ਦੇ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਸਭ ਨੇ ਸਮਾਪਤੀ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਕੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ। ਔਰ ਹੁਕਮਨਾਮਾ ਸਾਹਿਬ ਤੋਂ ਬਾਅਦ ਮੈਂ ਚਾਹੂੰਗਾ ਕਿ ਸੰਘਾ ਸਾਹਿਬ ਵੀ ਦੋ ਕੁ ਬਚਨ ਜ਼ਰੂਰ ਹੈ। ਹੁਕਮਨਾਮਾ ਸਾਹਿਬ ਬਾਅਦ ਸਮਾਪਤੀ ਨਾਲੇ ਕੜਾਹ ਪ੍ਰਸ਼ਾਦ ਦੀ ਦੇਗ ਵਰਤੋ ਅਤੇ ਨਾਲੇ ਸੰਘਾ ਸਾਹਿਬ ਬਚਨ ਸੁਣਾਉਣਗੇ। ਹੁਕਮਨਾਮਾ ਸਾਹਿਬ ਤੋਂ ਬਾਅਦ ਨਾਲੇ ਸਾਰਿਆਂ ਦਾ ਧੰਨਵਾਦ ਕਰ ਦੇਣਗੇ। ਸਰਦਾਰ ਗੁਰਪ੍ਰੀਤ ਸਿੰਘ ਜੀ ਵੜੈਚ ਜ਼ਰੂਰ ਦੋ ਸ਼ਬਦ, ਕਿਉਂਕਿ ਜਿੱਦਾਂ ਸੰਘਾ ਸਾਹਿਬ ਦੱਸਦੇ ਉਹਨਾਂ ਨੂੰ ਬਾਹੋਂ ਫੜ ਕੇ ਉਹਨਾਂ ਨੇ ਇਸ ਖੇਤਰ ਦੇ ਵਿੱਚ ਅੱਜ ਇਸ ਮੁਕਾਮ 'ਤੇ ਵਾਹਿਗੁਰੂ ਦੀ ਕਿਰਪਾ ਸਦਕਾ ਪਹੁੰਚਾਇਆ, ਉਹ ਜ਼ਰੂਰ ਦੋ ਚਾਰ ਬਚਨ ਜਿਹੜੇ ਆ ਸਰਦਾਰ ਗੁਰਪ੍ਰੀਤ ਸਿੰਘ ਜੀ ਵੜੈਚ ਉਹ ਸਾਂਝੇ ਕਰਨ। ਉਸ ਤੋਂ ਬਾਅਦ ਅਨੰਦ ਸਾਹਿਬ ਦਾ ਪਾਠ ਜਿਹੜਾ ਹੈ ਉਹ ਹੋਵੇਗਾ। ਜਿੱਥੇ ਵੀ ਹੈ ਨੇ ਉਹ ਮੰਚ 'ਤੇ ਪਹੁੰਚ ਜਾਣ। ਸਰਦਾਰ ਗੁਰਪ੍ਰੀਤ ਸਿੰਘ ਜੀ ਵੜੈਚ
और संगतां दे नाल वचना की सांझ करन। सो एक बार फिर सरदार हरबिलास सिंह जी संघा हरबी संघा सारे परिवार नो ये रैन बसेरे दियां लख लख मुबारकां। गुरु कृपा करे अपने दर घर की सेवा ते दिन दुगनी रात चौगनी सच्चे पातशाह तरक्की बख्शिश करन। सारिआं दा धन्नवाद। फतेह की सांझ करो, आखो जी वाहिगुरु जी का खालसा वाहिगुरु जी की फतेह। बहुत बहुत धन्यवाद सत्कारयोग जथेदार बाबा बलजीत सिंह जी दादूवाल साहब जिन्हां ने बहुत समा कढ़िया एक एक मिनट, क्योंकि पंथ दे रुझेवें मीटिंगां दिन रात दिन किते रात किते, पर आप जी ने इन्ना प्यार दिता संगत साहब होना नूं बहुत बहुत धन्यवाद। और सत्कारयोग गुरप्रीत सिंह जी घुगी साहब, ये हुण आपां जिन कोई ऐसे वचन जिहड़े सारिआं दी जिंदगी च कम आउण, असल च जिन्हां ने मैं तो ये कहिंदा हुंना भी 200 किताब पढ़नी एक पास, इन्हां दी एक फिल्म वेखनी एक पास, क्योंकि ऐसी खोज इन्हां दी सतगुरु जी की बहुत बख्शिश है। बहुत सुलझे हुए इंसान जिहड़े इंडस्ट्री नूं मिले ने, ते आपां सारिआं ने कुछ अपने जीवन के किस्से जिहड़े संगत साहब हुणा दे आप जी नाल सांझे करनगे। वाहिगुरु मेहर करे। वाहिगुरु जी का खालसा वाहिगुरु जी। वाहिगुरु जी का खालसा वाहिगुरु जी की फतेह। माणयोग जथेदार साहब दादूवाल साहब बचन सांझे करके गए ने, उन्हां तों बाद हुण मेरे कोल बोलण नूं कुछ नहीं बचदा, क्योंकि उन्हां दी एक विरासत है, उस विरासत दी शैली दे विच्चों जो शब्दावली उन्हां कोल है वह बहुत मुश्किल हुंदी है सारिआं कोल होवे। और जिस तरह तुहानूं नाम सिमरन दे नाल धारना दे नाल बाबा गुलाब सिंह जी जोड़ रहे सी, वाकई रविंदर गरेवाल भाजी सही कह रहे सी कि रुकन नूं दिल नहीं सी करदा, जी करदा सी कि सुनदे जाइए और लिव लगी हुई सी संगत दी। असी जदों आए हाँ उदों भाई साहब जी संगतां नूं गुरु चरणा दे नाल जोड़ रहे सन, साढ़े ग्राही भी ने, ते बड़ा चंगा लग रहा सी कि एक अलौकिक आनंदमई माहौल बनिया होया। लगता सी कि कुदरत की गोद दे विच किते अनहद नाद वज रहे ने, असी सारे उन्हां अनहद नादां नूं सुन रहे हैं, उहदे विच विचर रहे हैं, गुआच गए सी किते। और मैं संगे बारे यही कहांगा, मेरा छोटा भाई भी है बच्चा भी है, कि सतगुरु सच्चे पातशाह ने तेरे ते अज बड़ी कृपा की है। कहिंदे सतगुरु होए दयाल तो सरदा पूरी है, सतगुरु होए दयाल ना कब हूँ झूरी है, सतगुरु होए दयाल तो दुख ना जानिए, सतगुरु होए दयाल तो हर रंग माणी है। ये रंग उन्हां कोल ही ने सारे, उन्हां रंगा दे विच्चों असीं अपनियां झोलियां अटनियां हुंदियां आपे पा दिंदे ने। सो ये रैन बसेरे की गल जो कीती है जथेदार साहब ने, ये जदों साडे ते एक उम्र हुंदी है ना जदों असीं किसी चीज़ की परवाह नहीं करते हुंदे, उदों इन्हां चीज़ों की लोड़ भी कदे नहीं महसूस हुंदी। पर जदों रब इदां दे धी पुत बख्शदा ना, बंदे की इक्को इच्छा हुंदी कि रब्बा मेरे बच्चों एक छत दे जिहदे च मेरा परिवार मेरी पत्नी मेरे बच्चे जिहदे च बह के तेरा शुकराना करते रहन हमेशा। और वो जदों सतगुरु बख्शिश करते ने, मैं समझदा कि उस तो वड्डी खुशी की गल होर कोई नहीं हो सकती। भाई साहब जी ने भी जथेदार साहब ने भी चंगे शब्द मेरे लिए बोले, शायद मैं उन्होंने लायक नहीं हैगा, पर इन्हां दी वड्याई है कि इन्हां नूं वड्याउणा आउंदा है। इन्हां ने गुरु चरणा दे विच मैनूं वड्याया। महाराज जे मैं उन्हां लायक नहीं सी, शायद इन्हां दे शब्दां दे नाल सतगुरु उस लायक कर देण। ये मेरा छोटा भाई है, मेरे कोल बच्चियां वांगू घरे रहा इन्ने साल, और जो ये कहिंदा कि इन्हां तों मिलिया, ये किसी तों नहीं मिलिया हुंदा जी, ये साडी एक परंपरा है। सतगुरु कहिंदे वी इधरों लैणा ते उधर देणा, इही दुनिया बस लै के अपने कोल सांभ के रख लिया। वो जमाखोरी सानू साडे मालक ने सिखाई नहीं। मेरे उस्ताद बैठे ने चाचा रौनकी राम जी, मेरे गुरु ने। ये साड़ी भी एक परंपरा जथेदार साहब कि यह असी इधरों कर्जा लेना हुंदा, इधर मोड़ना हुंदा, उधर नहीं वापस मोड़ना हुंदा, ये भी अगों किसी नूं मोड़ेगा, ये कर्ज ने जिहड़े अगे असी चुकाने हुंदे आ। सो सारी इंडस्ट्री बैठी है, बहुत सारे सज्जण आए ने, करमजीत अनमोल होनी भी हुणे, अनीता जी बैठे मैं देख रहा सी, देवी भाजी होनी जिन्हां दा जिक्र होया हुणे, मंगी माल होनी, रविंदर भाजी होणां नूं तुसीं मिलिया, निक्कू होनी शायद है ना, वो भी होके चले गए ने या बैठे ने शायद।
ਤੇ ਕਾਫੀ ਇਹਨਾਂ ਦਾ ਸੰਗੇ ਦਾ ਇੱਕ ਅਲੱਗ ਤਰ੍ਹਾਂ ਦਾ ਪਿਆਰ ਹੈ ਸਾਰੀ ਦੁਨੀਆਂ ਦੇ ਨਾਲ। ਮੈਂ ਸਿਰਫ ਮਾਲਕ ਨੂੰ ਅਰਦਾਸ ਕਰਨ ਆਇਆ ਕਿ ਇਹ ਜਿਹੜੇ ਭਵਨ ਬਖਸ਼ੇ ਨੇ ਤੁਸੀਂ, ਇਹ ਸੰਗਾ ਅਤੇ ਇਹਦਾ ਪਰਿਵਾਰ ਅਤੇ ਇਹਦੇ ਸਾਰੇ ਚਾਹੁਣ ਵਾਲੇ ਇੱਥੇ ਹਮੇਸ਼ਾ ਗੁਰੂ ਦੇ ਰੰਗ ਮਾਣਦੇ ਰਹਿਣ। ਔਰ ਮੈਨੂੰ ਖੁਸ਼ੀ ਬੜੀ ਹੋਈ ਹੈ ਕਿ ਇਹਦਾ ਇੱਕ ਅਲੱਗ ਤਰ੍ਹਾਂ ਦਾ ਦੇਖੋ ਪਿਆਰ ਹੈ। ਮੈਨੂੰ ਵੀ ਨਹੀਂ ਸੀ ਪਤਾ ਕਿ ਇਹਨੇ ਇੰਨਾ ਪਿਆਰ ਮੁਹੱਬਤ ਬਣਾਇਆ ਹੋਇਆ। ਮੇਰੀ ਕੱਲ੍ਹ ਵੀ ਕਿਸੇ ਸਿਲਸਿਲੇ 'ਚ ਦਾਦੂਵਾਲ ਸਾਹਿਬ ਨਾਲ ਗੱਲ ਫੋਨ 'ਤੇ ਹੋ ਰਹੀ ਸੀ, ਮੈਨੂੰ ਬਹੁਤ ਚੰਗਾ ਲੱਗਾ ਜਦੋਂ ਕਹਿੰਦੇ ਕੱਲ੍ਹ ਮਿਲਦੇ ਹਾਂ, ਮੈਂ ਸੰਗੇ 'ਤੇ ਵੀ ਆਉਣਾ। ਦੇਖੋ ਇਹ ਬੜੇ ਮਸਰੂਫ਼ ਰੂਹਾਂ ਨੇ, ਕਦੇ ਬੀਕਾਨੇਰ ਅਤੇ ਕਦੇ ਦਿੱਲੀ ਅਤੇ ਕਦੇ ਬੰਬੇ ਅਤੇ ਕਦੇ ਕਿਤੇ, ਇਹਨਾਂ ਨੂੰ ਵੀ ਸਾਡੇ ਵਾਂਗੂ ਬਹੁਤ ਟਰੈਵਲ ਕਰਨਾ ਪੈਂਦਾ। ਜਦ ਤੱਕ ਮਨ 'ਚ ਭਾਵਨਾ ਇੱਛਾ ਨਾ ਹੋਵੇ ਕਿ ਉਹ ਬੱਚਾ ਪਿਆਰ ਕਰਦਾ ਛੋਟਾ ਭਾਈ, ਉੱਥੇ ਪਹੁੰਚਣਾ ਹੀ ਪਹੁੰਚਣਾ, ਉਦੋਂ ਤੱਕ ਨਹੀਂ ਪਹੁੰਚਿਆ ਜਾਂਦਾ ਹੁੰਦਾ। ਇਹ ਵੀ ਇਹਦੀ ਕਮਾਈ ਹੈ, ਸਿਰਫ ਇਹ ਨਹੀਂ ਕਿ ਕਮਾਈ ਹੁੰਦੀ ਜਿਹੜੀ ਤੁਸੀਂ ਘਰ 'ਤੇ ਲਾ ਦਿੱਤੀ, ਜੀਵਨ ਵੀ ਇੱਕ ਘਰ ਹੈ ਤੁਹਾਡਾ। ਉਸ ਜੀਵਨ ਵਾਲੇ ਘਰ ਦੇ ਵਿੱਚ ਤੁਹਾਡੇ ਕਿੰਨੇ ਕੁ ਮਹਿਮਾਨ ਆਉਂਦੇ ਨੇ, ਕਿੰਨੇ ਕੁ ਸੱਜਣ ਤੁਹਾਨੂੰ ਮਿਲਣ ਆਉਂਦੇ ਨੇ, ਉਹ ਤਾਂ ਉਹ ਤੁਹਾਡੀ ਅਸਲ ਕਮਾਈ ਹੈ। ਸੋ ਇਹਨੂੰ ਜਿੰਨਾ ਕੁ ਮੈਂ ਜਾਣਨਾ, ਇਹਨੇ ਬਹੁਤ ਤਰੱਦਦ ਕੀਤੇ ਜ਼ਿੰਦਗੀ 'ਚ, ਮਿਹਨਤ ਮੁਸ਼ੱਕਤ ਸਾਰੇ ਕਰਦੇ ਨੇ। ਇੱਕ ਨੈਕਸਟ ਲੈਵਲ ਹੁੰਦਾ ਤਰੱਦਦ ਕਰਨੇ। ਇਹਨੇ ਇਹ ਮਜ਼ਾਕ ਦਾ ਪਾਤਰ ਵੀ ਬਣਿਆ 100 ਵਾਰੀ, ਮੈਂ ਤੁਹਾਨੂੰ ਇਹ ਵੀ ਦੱਸਦਾ। ਸਾਡੇ ਸਰਕਲ ਦੇ ਵਿੱਚ ਲੋਕ ਕਹਿੰਦੇ ਨੇ ਸੀ ਕੰਜੂਸ ਬੜਾ, ਇਹ ਇੱਥੋਂ ਪੈਸੇ ਬਚਾ ਲੈਂਦਾ, ਉੱਥੋਂ ਬਚਾ ਲੈਂਦਾ। ਪਰ ਜਿੱਥੇ ਆਟੋ ਵਾਲੇ ਨੇ 10 ਰੁਪਈਏ ਲੈਣੇ ਹੁੰਦੇ, ਤੁਰ ਕੇ ਵੀ ਜਾਣ ਨੂੰ ਤਰਜੀਹ ਦਿੰਦਾ ਹੁੰਦਾ ਸੀ, 10 ਰੁਪਏ ਬਚਾ ਲਏ। ਉਦੋਂ ਲੋਕ ਮਜ਼ਾਕ ਉਡਾਉਂਦੇ ਸੀ, ਪਰ ਇਹ ਪੈਸੇ ਨਹੀਂ ਸੀ ਬਚਾ ਰਿਹਾ, ਇਸ ਘਰ ਵਾਸਤੇ ਇੱਕ ਇੱਕ ਇੱਟ ਜੋੜ ਰਿਹਾ ਸੀ। ਉਹ ਇੱਕ ਇੱਟ ਬਚਾਉਂਦਾ ਸੀ ਰੋਜ਼, ਵੀ ਉਹ ਇੱਕ ਇੱਟ ਹੋਰ ਬਚ ਜੇ ਮੇਰੀ, ਮੇਰੇ ਘਰ 'ਤੇ ਲੱਗੇਗੀ। ਅਤੇ ਮੈਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ, ਸਿਰਫ ਸੰਗੇ ਨੂੰ ਨਹੀਂ, ਸੱਚਿਆ ਪਾਤਸ਼ਾਹ ਮੇਰੇ ਮਾਲਕਾ, ਦੁਨੀਆਂ 'ਚ ਸਾਰਿਆਂ ਨੂੰ ਸਿਰ ਲੁਕਾਈ ਦਈਂ, ਸਾਰਿਆਂ ਦੇ ਬੱਚਿਆਂ ਨੂੰ ਛੱਤ ਦਈਂ, ਸਾਰਿਆਂ ਦੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਪੰਡਾਲ ਸੱਜਣ, ਸਾਰਿਆਂ ਦੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਸਤਿਗੁਰੂ ਦੇ ਸ਼ੁਕਰਾਨੇ ਹੋਣ, ਸਾਰਿਆਂ ਦੇ ਘਰਾਂ ਦੇ ਵਿੱਚ ਇਹੀ ਕੀਰਤਨ ਅਨਹਦ ਨਾਦ ਸੁਣਨ, ਇਹੋ ਜਿਹਾ ਸ਼ੁਕਰਾਨਾ ਹਰ ਘਰ ਦੇ ਵਿੱਚ ਮੌਕਾ ਦਈਂ। ਪਰਮਾਤਮਾ ਹਰ ਘਰ ਤੇਰਾ ਸ਼ੁਕਰਾਨਾ ਕਰੇ। ਕੁੱਲੀ ਗੁੱਲੀ ਜੁੱਲੀ ਦੀ ਗੱਲ ਕਰਦੇ ਹਾਂ ਤਾਂ ਕੁੱਲੀ ਤੋਂ ਹੀ ਸ਼ੁਰੂ ਹੁੰਦੀ ਹੈ ਜ਼ਿੰਦਗੀ, ਬਾਕੀ ਰਿਜ਼ਕ ਤਾਂ ਰੱਬ ਪੰਛੀਆਂ ਨੂੰ ਵੀ ਦਿੰਦਾ, ਪਰ ਪੰਛੀਆਂ ਨੂੰ ਆਲ੍ਹਣੇ ਵੀ ਦਿੰਦਾ। ਸੋ ਇਹ ਹਰ ਇਨਸਾਨ ਨੂੰ ਆਪਣੇ ਬੋਟਾਂ ਵਾਸਤੇ ਇੱਕ ਆਲ੍ਹਣਾ ਜ਼ਰੂਰ ਦਈਂ, ਹਰ ਇੱਕ ਇਨਸਾਨ ਨੂੰ ਸਿਰ ਲੁਕਾਈ ਜ਼ਰੂਰ ਦਈਂ ਮੇਰੇ ਮਾਲਕਾ। ਕਿਸੇ ਦਾ ਵੀ ਉਲਾਂਭਾ ਤੇਰੇ ਸਿਰ ਨਾ ਰਹੇ ਕਿ ਮੈਂ ਕੀ ਗੁਨਾਹ ਕੀਤਾ ਜਾਂ ਕੀ ਗਲਤੀ ਕੀਤੀ ਕਿ ਮੈਨੂੰ ਇਹ ਨਹੀਂ ਮਿਲਿਆ। ਸੋ ਅਰਜੋਈ ਕਰੀਏ, ਬੇਨਤੀ ਕਰੀਏ ਸਾਰਿਆਂ ਦੇ ਭਲੇ ਦੀ, ਯਾਨੀ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਆਨੰਦ ਸਾਹਿਬ ਦੇ ਜਦੋਂ ਹੁਣ ਪਾਠ ਹੋਣਗੇ, ਉਸ ਤੋਂ ਬਾਅਦ ਲੰਗਰ ਵੀ ਆਪਾਂ ਸਾਰਿਆਂ ਨੇ ਛਕਣਾ, ਪ੍ਰੀਤੀ ਭੋਜਨ ਕਵਾਂਗੇ ਜੀ ਇਹਨੂੰ। ਸੋ ਮੈਂ ਸੰਘੇ ਵੱਲੋਂ ਬਤੌਰ ਇਹਦਾ ਵੱਡਾ ਭਰਾ, ਮੈਂ ਸਾਰੀ ਆਈ ਸੰਗਤ ਦਾ ਕੋਟਨ ਕੋਟ ਧੰਨਵਾਦ ਕਰਦਾ ਜੀ, ਇਸ ਪੂਰੇ ਸਮੁੱਚੇ ਪਰਿਵਾਰ ਵੱਲੋਂ, ਕਿ ਤੁਸੀਂ ਸੰਘੇ ਨੂੰ ਜੋ ਪਿਆਰ ਮੁਹੱਬਤ ਆਸ਼ੀਰਵਾਦ ਜੋ ਤੁਸੀਂ ਅੱਜ ਬਖਸ਼ਣ ਆਏ ਹੋ, ਉਹਦੇ ਲਈ ਸਾਰੀ ਸੰਗਤ ਦਾ ਕੋਟਨ ਕੋਟ ਧੰਨਵਾਦ। ਜਿਹੜੇ ਨਹੀਂ ਵੀ ਪਹੁੰਚ ਸਕੇ, ਪਹੁੰਚਣਾ ਚਾਹੁੰਦੇ ਸੀ, ਉਹਨਾਂ ਦਾ ਵੀ ਧੰਨਵਾਦ, ਉਹਨਾਂ ਦੀ ਭਾਵਨਾ ਦਾ ਸਤਿਕਾਰ। ਇਸ ਤੋਂ ਬਾਅਦ ਆਨੰਦ ਸਾਹਿਬ ਦੇ ਆਪਾਂ ਪਾਠ ਸਰਵਣ ਕਰਕੇ ਫਿਰ ਸਾਰੇ ਪ੍ਰੀਤੀ ਭੋਜਨ ਛਕਾਂਗੇ ਜੀ। ਬਹੁਤ ਮਿਹਰਬਾਨੀ ਬਾਬਾ ਜੀ, ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਾਰੀ ਸੰਗਤ ਦਾ, ਸਰਦਾਰ ਗੁਰਪ੍ਰੀਤ ਸਿੰਘ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਿਹਰ ਕਰਨ, ਜਿੰਨੀਆਂ ਵੀ ਸੰਗਤਾਂ ਹੁਸ਼ਿਆਰਪੁਰ ਦੀ ਧਰਤੀ ਤੋਂ, ਬਾਬਾ ਰਣਜੀਤ ਸਿੰਘ ਜੀ, ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ, ਉਹਨਾਂ ਦੇ ਦਰਬਾਰਾਂ ਤੋਂ ਬਾਬਾ ਰਣਜੀਤ ਸਿੰਘ ਜੀ ਆਏ ਨੇ, ਬਹੁਤ ਬਹੁਤ ਮਹਾਂਪੁਰਸ਼ਾਂ ਦਾ ਧੰਨਵਾਦ। ਸਾਡੇ ਨਿੱਕੂ ਭਾਅ ਜੀ ਇੰਦਰਜੀਤ ਨਿੱਕੂ ਜੀ ਬਹੁਤ ਸਨੇਹ ਰੱਖਦੇ ਨੇ, ਉਹਨਾਂ ਦਾ ਵੀ ਧੰਨਵਾਦ। ਮੈਨੂੰ ਇਹ ਸੀ, ਮੈਂ ਕਰਮਜੀਤ ਭਾਅ ਜੀ ਚਲੇ ਗਏ, ਪਰ ਕਿਤੇ ਲੋਕੇ ਬੈਠੇ ਨੇ ਜਾਂ ਅੱਗੇ ਬੈਠੇ ਹੁੰਦੇ ਅਤੇ ਉਹਨਾਂ ਤੋਂ ਵੀ ਆਪਾਂ ਵਾਰ ਸੁਣਨੀ ਸੀ। ਬੜੇ ਪਿਆਰ ਵਿੱਚ ਗਾਉਂਦੇ ਨੇ, ਸਤਿਗੁਰੂ ਗਰੀਬ ਨਵਾਏ ਕਿਰਪਾ ਕਰਨ। ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਕੋਈ ਵੀ ਕਾਹਲ ਨਾ ਕਰਿਓ, ਆਨੰਦ ਸਾਹਿਬ ਪੜ੍ਹਾਂਗੇ ਅਰਦਾਸ ਹੁਕਮਨਾਮੇ, ਸਤਿਗੁਰੂ ਜਾਣਗੇ ਅਤੇ ਮਗਰ ਮਗਰ ਆਪਾਂ ਸਾਰਿਆਂ ਨੇ ਜਾਣਾ ਹੈ। ਬਹੁਤਾ ਲੰਮਾ ਸਮਾਂ ਨਹੀਂ, 5-7 ਮਿੰਟਾਂ ਦੀ ਗੱਲ ਹੈ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਦਬ ਸਤਿਕਾਰ ਮੁੱਖ ਰੱਖਣਾ ਹੈ। ਜਿੰਨੀਆਂ ਵੀ ਪਵਿੱਤਰ ਰੂਹਾਂ ਆਈਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਭ ਦੇ ਚਰਨਾਂ 'ਚ ਸਿਜਦੇ ਕਰਦੇ ਹੋਏ ਬੋਲਿਓ ਸਾਰੇ ਆਨੰਦ ਸਾਹਿਬ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਂ, ਸਤਿਗੁਰੂ ਮੈਂ ਪਾਇਆ।
ਸਤਿਗੁਰ ਤਾਂ ਪਾਇਆ ਸਹਿਜ ਤੇ ਕੀ ਮਨ ਵਰੀਆਂ ਬਦਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆ ਸ਼ਬਦੋ ਤਾਂ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਹੋਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੱਗੀ ਕਰੋ ਕਰੇ ਤੇਰਾ ਕਾਰਜ ਸਭ ਸਵਰਣਾ ਸਭਨਾ ਗੱਲਾਂ ਸਮਰੱਥ ਸੁਭਾਮੀ ਤੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰ ਤਾਂ ਤੇਰਾ ਸਭ ਵਿੱਚ ਹੈ ਜਿਸ ਦੇਹ ਤੋ ਪਾਵੇ ਸਦਾ ਸਲਾ ਤੇਰੀ ਨਾਮ ਮਨ ਨਾਮ ਜਿਸ ਮਨ ਵਸਿਆ ਵਾਜੇ ਸਗਲ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਰਾਜਾ ਨਾ ਤੇਰਾ ਆਦਾਰੋ ਸਾਰਿਆਂ ਆਦਾਰ ਹੁਕਮ ਸਭ ਗਵਾਇਆ ਕਰ ਸ਼ਾਂਤ ਸੁਖ ਮਨਾਏ ਵਸਿਆ ਜੇ ਨਿਛਾ ਸਭ ਪੁਜਾਈਆਂ ਸਦਾ ਗੁਰਬਾਣ ਕਿਤਾਬ ਵਿੱਚੋਂ ਇਸਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਸਦੋ ਪਿਆਰੋ ਸਾਚਾ ਨਾ ਮੇਰਾ ਆਦਾਰੋ ਵਾਜੇ ਬਚਵ ਚਿਤ ਕਰ ਪ੍ਰਭਾਗੇ ਅਰਥ ਪਾਕੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ ਬਚ ਦੂਤ ਸਦ ਵਸ ਕੀਤੇ ਕਾਲ ਕੰਦਕ ਮਾਰਿਆ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਜੁਗ ਹੋ ਦਿਸ ਕਰ ਅਨਹਦ ਵਾਜੇ ਅਨੰਤ ਸੁਣੋ ਵਟ ਪਾਕੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਰਸੂਏ ਸੰਤ ਸਾਰਨ ਪਏ ਸਰਤੇ ਪੂਰੇ ਗੁਰਦੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤਰ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੂਰੇ ਜਿਹਨਾਂ ਜਿਹਨਾਂ ਨੇ ਤਨ ਮਨ ਧਨ ਨਾਲ ਸੇਵਾਵਾਂ ਨਿਭਾਈਆਂ ਸਵਾਰ ਸੌਣ ਬਹੁਤ ਧੰਨਵਾਦ ਇਹਨਾਂ ਦਾ ਸਾਡੇ ਸਤਿਕਾਰਯੋਗ ਬਾਬਾ ਜੀ ਬਾਬਾ ਤਜਿੰਦਰ ਸਿੰਘ ਜੀ ਖੰਡ ਮਾਨਪੁਰ ਵਾਲੇ ਮਹਾਂਪੁਰਸ਼ ਉਹਨਾਂ ਦਾ ਧੰਨਵਾਦ ਦਿੱਲੀ ਵਾਲੇ ਮਹਾਂਪੁਰਸ਼ ਬਹੁਤ ਸੁਨੇਹ ਰੱਖਦੇ ਨੇ ਸੰਘਾ ਸਾਹਿਬ ਨਾਲ ਜਿਹਨਾਂ ਦਾ ਧੰਨਵਾਦ ਕਰਨ ਤੋਂ ਰਹਿ ਗਿਆ ਹੋਵੇ ਸੰਘਾ ਸਾਹਿਬ ਤੁਹਾਡੇ ਪਿਆਰ ਚ ਆਈ ਸੰਗਤ ਬੜੀਏ ਤੇ ਤੁਸੀਂ ਆਪੇ ਕਰਦੇ ਹੋ ਵਾਹਿਗੁਰੂ ਮਿਹਰ ਕਰੇ ਕਰੋੜਾਂ ਵਾਰ ਸ਼ੁਕਰਾਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਹਦੂਰ ਆਪੋ ਆਪਣੀ ਦੂਰ ਜਿੰਨੀ ਨਾਮ ਧਿਆਇਆ ਨਾਨਕ ਤੇ ਉੱਗੀ ਉਜਲੇ ਕਿਤੀ ਛੁੱਟੀ ਨਾਲ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ